ਜਦੋਂ ਤੁਸੀਂ ਪੋਲਿਟਿਕਸ 'ਚ ਐਂਟਰੀ ਮਾਰੀ ਹਾਲਾਂਕਿ ਪੋਲਿਟਿਕਸ ਉਸ ਤਰੀਕੇ ਦੇ ਨਾਲ ਤੁਸੀਂ ਨਹੀਂ ਕਰ ਰਹੇ ਸਟੂਡੈਂਟ ਪੋਲਿਟਿਕਸ ਆ ਤੁਹਾਨੂੰ ਕੀ ਮਹਿਸੂਸ ਹੋਇਆ ਕਿ ਯਾਰ ਨੌਜਵਾਨਾਂ ਦਾ ਬੜਾ ਜਾਣਾ ਜ਼ਰੂਰੀ ਹੈ ਇੱਥੇ ਕਿਸਾਨੀ ਅੰਦੋਲਨ ਦੁਬਾਰਾ ਹੋ ਸਕਦਾ ਸੀਗਾ ਉਸ ਲੈਵਲ ਤੱਕ ਦਾ ਕਿਸਾਨੀ ਅੰਦੋਲਨ ਜਿਹਦੇ ਵਿੱਚ ਅਸੀਂ ਦੇਸ਼ ਦੇ ਪ੍ਰਧਾਨ ਮੰਤਰੀ ਤੋਂ ਧੋਹ ਚੁਕਾਈ ਹੈ ਯਕੀਨ ਹੈ ਚੁਕਾਈ ਹੈ ਨੌਜਵਾਨਾਂ ਨੇ ਚੁਕਾਈ ਹੈ ਅਸੀਂ ਜੇ ਪੋਲਿਟਿਕਸ ਦੇ ਵਿੱਚ ਆਏ ਆ ਬਾਈ ਸਸ ਅਸੀਂ ਦੁੱਖ ਦਰਦ ਦੇਖ ਕੇ ਆਏ ਆ ਅਸੀਂ ਮੋਢਿਆਂ ਦੇ ਲਾਸ਼ਾਂ ਚੱਕੀਆਂ ਨੇ 18-18 ਸਾਲਾਂ ਦੇ ਜਵਾਕਾਂ ਦੀਆਂ ਜਿਹੜੇ ਨਸ਼ਿਆਂ ਦੇ ਵਿੱਚ ਡੁੱਬ ਗਏ ਸੀ ਇਹ ਜਦੋਂ ਗਾਣਾ ਚੱਲਦਾ ਹੁੰਦਾ ਤੇ ਤੇਰੇ ਯਾਰ ਨੂੰ ਦੱਬਣ ਨੂੰ ਫਿਰਦੇ ਨੇ ਸਾਰੇ ਨੌਜਵਾਨ ਹੀ ਸੀ ਜਿਹੜੇ ਨੱਚਦੇ ਸੀਗੇ ਜਾਂ ਫਿਰ ਇਹਨੂੰ ਲਹਿਰ ਬਣਾਈਏ ਕਿਹਨੇ ਬਣਾਈ ਪਰ ਨੌਜਵਾਨੀ ਯੂਜ਼ ਹੋ ਜਾਂਦੀ ਹੈ ਅਸੀਂ ਵੀ ਜਦ ਸੂਬਾ ਪ੍ਰਧਾਨ ਮੈਂ ਨਹੀਂ ਸੀਗਾ ਸਾਡੇ ਵੀ بڑے ਲੀਡਰ ਕਈ ਪਿੱਟ ਤੇ ਥਾਪੀ ਮਾਰ ਕੇ ਕਹਿੰਦੇ ਸੀ ਯਾਰ ਤੁਸੀਂ ਬੱਲੇ ਬੱਲੇ ਕਮਾਲ ਕਰ ਦਿਓ ਇਕੱਠੇ ਲੈ ਕੇ ਆਓ ਸਾਡੀ ਰੈਲੀ ਵਧੀਆ ਕਰ ਦਿਓ ਸੰਦੀਪ ਨੰਗਲੰਗ ਬੀਆਂ ਆਲਾ ਮਾਰਿਆ ਸੋਚ ਮਾਰੀ ਜਿਹੜੇ ਉਸ ਧਰਨੇ ਦੇ ਵਿੱਚ ਸਿਰ ਕੱਢਵੇਂ ਲੀਡਰ ਨੌਜਵਾਨ ਆ ਗਿਆ ਉਹਨਾਂ ਨੂੰ ਮਾਰਿਆ ਫਿਰ ਸਾਡੀ ਕਲਮ ਮਾਰਤੀ ਸਿੱਧੂ ਮੂਸੇ ਵਾਲਾ ਮਾਰਿਆ ਸਰਕਾਰੀ ਸਿੱਖਿਆ ਦਾ ਇੱਕ ਤਰ੍ਹਾਂ ਦਾ ਭੋਗ ਪੈਂਦਾ ਜਾ ਰਿਹਾ ਪ੍ਰੋਫੈਸਰਾਂ ਦੀ ਗਿਣਤੀ ਲਗਾਤਾਰ ਘਟ ਰਹੀ ਹੈ ਪੰਜਾਬ ਦੇ ਕਾਲਸ ਲਗਾਤਾਰ ਬੰਦ ਹੋ ਰਹੇ ਨੇ ਇਹਨਾਂ ਦਾ ਭੋਗ ਇਹਨਾਂ ਨੇ ਸਰਕਾਰ ਨੇ ਖੁਦ ਪਾਇਆ ਕੀ ਸਰਕਾਰ ਸ਼ਾਮ ਤੱਕ ਸਾਰੇ ਹਾਈਲਾਈਟਸ ਬੰਦ ਨਹੀਂ ਕਰ ਸਕਦੇ ਸਕੂਲਾਂ 'ਚ ਬੱਚਿਆਂ ਦੀ ਤੁਸੀਂ ਇਹ 11ਵੀਂ ਵਾਰ 12ਵੀਂ ਜਿੱਥੇ ਤੁਹਾਡੇ ਨੰਬਰ 90% ਨੰਬਰ ਨੇ ਨਾ ਤੁਹਾਨੂੰ ਹਾਈਲਾਈਟਸ ਕਰਨ ਦੀ ਲੋੜ ਨਹੀਂ ਸਿੱਧਾ ਵੀਜ਼ਾ ਲਾਉਂਦੇ ਤੁਹਾਡਾ ਜੀ ਕਿਸੇ ਨੂੰ ਪਤਾ ਹੀ ਨਹੀਂ ਪੰਜਾਬ ਦੇ ਮੁੱਦੇ ਹੀ ਇਹ ਨੇ ਪੰਜਾਬ ਦੇ ਰਾਜਾ ਏਜੰਟ ਤੇ ਬਾਹਰ ਭਰੋਸਾ ਜਿਹੜਾ ਹੈਗਾ ਉਹ ਲੀਡਰਾਂ ਤੋਂ ਕਿਤੇ ਨਾ ਕਿਤੇ ਦੂਰ ਗਿਆ ਲੋਕ ਇਸ ਤਰ੍ਹਾਂ ਸਮਝਦੇ ਨੇ ਕਿ ਤਾਂ ਵੋਟਾਂ ਵੇਲੇ ਗੱਲਾਂ ਹੁੰਦੀਆਂ ਕਰਨਾ ਕਰਾਉਣਾ ਕਿਸੇ ਨੇ ਕੀਤਾ ਨਹੀਂ ਬਈ ਤਾਂ ਇਹ ਤਾਂ ਕਹਿੰਦਾ ਮਰਦ ਚਾਹੀਦੇ ਨੇ ਜਿਹੜੇ ਜ਼ੁਬਾਨ ਦੇ ਪੱਕੇ ਹੋਣ ਰਾਜਨੀਤੀ ਇਹਨਾਂ ਨੇ ਕਾਰੋਬਾਰ ਬਣਾ ਲਈ ਜਦੋਂ ਬੰਦਾ ਕਾਰੋਬਾਰ ਚ ਪੈ ਜਾਂਦਾ ਬੰਦੇ ਨੂੰ 100 ਝੂਠ ਬੋਲਣੇ ਪੈਂਦੇ ਅੱਜ ਕੱਲ ਤਾਂ ਬਈ ਚਰਚੇ ਵੀ ਮਾਫ਼ ਕਰਦਾ ਕਿ ਜੇ ਤੁਹਾਡਾ ਪੁੱਤ ਧੀ ਨਸ਼ੇ ਤੋਂ ਬਚ ਗਿਆ ਸਭ ਤੋਂ ਵੱਡੀ ਮਾਫੀ ਨਸ਼ੇ ਤੋਂ ਨਹੀਂ ਅੱਜ ਕੱਲ ਦਾ दारू ਨਸ਼ਾ ਹੀ ਨਹੀਂ ਮੰਨਦੇ ਲੋਕ ਹਾਂ ਬਿਲਕੁਲ ਉਹ ਕਹਿੰਦੇ ਤੇਰਾ ਮੁੰਡਾ ਚਿੱਟਾ ਤਾਂ ਨਹੀਂ ਲਾਉਂਦਾ ਅੱਛਾ ਨਹੀਂ ਲਾਉਂਦਾ ਚਲ ਸ਼ੁਕਰ ਹੈ ਪੰਜਾਬ ਦੇ ਹਾਲਾਤ ਅਸੀਂ दारू ਨੂੰ ਹੀ ਇੰਨਾ ਪ੍ਰੋਮੋਟ ਕਰਤਾ ਸਾਡੇ ਗੁਰੂ ਸਾਹਿਬ ਦਾ ਘੋੜਾ ਤੰਬਾਕੂ ਦੇ ਵਿੱਚ ਨਹੀਂ ਵੜਿਆ ਸੀਗਾ ਹੂੰ ਤੇ ਅੱਜ ਪੰਜਾਬ ਦੇ ਮੁੰਡੇ ਸਿਕਟਾਂ ਪੀਂਦੇ ਫਿਰਦੇ ਨੇ ਬਹੁਤ ਵਾਰੀ ਹੁੰਦਾ ਵੀ ਇਸਰਪ੍ਰੀਤ ਗ੍ਰਿਫਤਾ ਮੇਰੀ ਮਾਂ ਮੈਨੂੰ ਗਾਲਾਂ ਕੱਢਦੀ ਆ ਤੇਰੀ ਕਮੀਜ਼ਾਂ ਹੀ ਮੁੱਕ ਗਿਆ ਪਾੜ ਦਿੰਦੇ ਨੇ ਅੱਛਾ ਕੱਬਾ ਪਾੜਦੇ ਨੇ ਕਮੀਜ਼ ਵਾੜ ਦਿੰਦੇ ਨੇ ਜੀ ਪਰ ਉਹ ਚੱਕਰ ਆ ਉਹਨੂੰ ਮੇਰੀ ਮਾਂ ਨੂੰ ਮੇਰੇ ਪਿਓ ਨੂੰ ਐਸੇ ਗੱਲ ਤੇ ਖੁਸ਼ੀ ਆ ਕਿ ਹੱਕਾਂ ਵਾਸਤੇ ਲੜ ਰਿਹਾ ਬਿਲਕੁਲ ਸਾਡਾ ਸ਼ੈਂਕੀ ਮੌਂਟੀ ਜਿਹੇ ਜਾਂ ਮਰਜ਼ੀ ਹੋਵੇ ਉਹ ਲੀਡਰ ਬਣ ਜਾਵੇ ਬੜਾ ਲੀਡਰ ਕਹੂਗਾ ਹਾਂ ਹਾਂ ਇਹ ਕੋਈ ਚੋਟੀ ਦਾ ਖਿਡਾਰੀ ਆ ਫਿਰ ਚੋਟੀ ਦਾ ਟੌਪ ਨੌਚ ਮੁੰਡਾ ਪੋਲਿਟਿਕਸ ਨਾਲ। ਸਤਿ ਸ਼੍ਰੀ ਅਕਾਲ, ਬੀ ਸੋਸ਼ਲ ਦਾ ਪ੍ਰੋਗਰਾਮ ਸਿਆਸੀ ਖੰਡ ਤੁਸੀਂ ਵੇਖ ਰਹੇ ਹੋ ਮੈਂ ਮਨਪ੍ਰੀਤ ਰਮਣਵਾਸ। ਅੱਜ ਦੀਆਂ ਗੱਲਾਂ ਬਾਤਾਂ ਪੰਜਾਬ ਦੀ ਸਿਆਸਤ ਨੂੰ ਲੈ ਕੇ ਕਰਾਂਗੇ। ਗੱਲਾਂ ਬਾਤਾਂ ਦਾ ਟੌਪਿਕ ਹੀ ਰਹੇਗਾ ਕਿ ਜਦੋਂ ਅਸੀਂ ਕਿਸੇ ਵੀ ਖੇਤਰ ਦੀ ਗੱਲ ਕਰੀਏ ਤਾਂ ਉੱਥੇ ਨੌਜਵਾਨਾਂ ਦੀ ਜਿਹੜੀ ਅਹਿਮੀਅਤ ਬੜੀ ਹੁੰਦੀ ਆ ਹਾਲਾਂਕਿ ਭਾਵੇਂ ਉਹ ਦੇਸ਼ ਦੀ ਪੋਲਿਟਿਕਸ ਹੋਵੇ ਪਾਰਟੀ ਭਾਵੇਂ ਕੋਈ ਵੀ ਹੋਵੇ ਤੇ ਭਾਵੇਂ ਪੰਜਾਬ ਦੀ ਪੋਲਿਟਿਕਸ ਹੋਵੇ ਕਿਤੇ ਨਾ ਕਿਤੇ ਨੌਜਵਾਨਾਂ ਦੀ ਕਮੀ ਨੌਜਵਾਨਾਂ ਦੀ ਘਾਟ ਹਮੇਸ਼ਾ ਰੜਕਦੀ ਰਹੀ ਆ ਔਰ ਨੌਜਵਾਨਾਂ ਦਾ ਇਹ ਵੀ ਹੁੰਦਾ ਹੈ ਕਿ ਵੱਡੇ ਜਿਹੜੇ ਨੇ ਉਹ ਪੋਲਿਟਿਕਸ ਦੇ ਸਦਾ ਸਰਗਰਮ ਰਹਿੰਦੇ ਨੇ ਤੇ ਨੌਜਵਾਨਾਂ ਨੂੰ ਮੌਕੇ ਬੜੇ ਘੱਟ ਮਿਲਦੇ ਨੇ ਜਦੋਂ ਅਸੀਂ ਪੋਲਿਟਿਕਸ ਦੀ ਗੱਲ ਕਰਦੇ ਆ ਤਾਂ ਬਹੁਤ ਸਾਰੇ ਲੀਡਰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੇ ਦਿੱਤੇ ਇਹਨਾਂ ਸਿੱਖਿਆਧਾਰੀਆਂ ਦੇ ਵਿੱਚੋਂ ਬਹੁਤ ਸਾਰੇ ਲੀਡਰ ਨਿਕਲੇ ਤੇ ਅੱਜ ਦੀਆਂ ਗੱਲਾਂ ਬਾਤਾਂ ਦੇ ਲਈ ਸਾਡੇ ਨਾਲ ਕਾਂਗਰਸ ਦੇ ਐਨਐਸਯੂਆਈ ਦੇ ਸੂਬਾ ਪ੍ਰਧਾਨ ਈਸਰਪ੍ਰੀਤ ਸਿੰਘ ਸਿੱਧੂ ਹਣੀ ਹੋਣਗੇ ਗੱਲਬਾਤ ਨੌਜਵਾਨਾਂ ਨੂੰ ਲੈ ਕੇ ਤੇ ਨੌਜਵਾਨਾਂ ਦੀ ਪੋਲਿਟਿਕਸ ਚ ਅਹਿਮੀਅਤ ਨੂੰ ਲੈ ਕੇ ਗੱਲਾਂ ਬਾਤਾਂ ਉਹਨਾਂ ਦੇ ਨਾਲ ਕਰਾਂਗੇ ਬਾਈ ਉਹਨਾਂ ਦਾ ਸਵਾਗਤ ਕਰ ਲੈਣਾ ਬਾਈ ਜੀ ਸਸਿਕਾਲ ਸਵਾਗਤ ਸਸਿਕਾਲ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਠੀਕ ਹਾਂ ਸੇ ਤਾਂ ਠੀਕ ਨੇ ਕਿਰਪਾ ਮਹਾਰਾਜ ਜੀ ਤੁਸੀਂ ਦੱਸੋ ਬਹੁਤ ਵਧੀਆ ਜਦੋਂ ਮੈਂ ਗੱਲ ਕੀਤੀ ਕਿ ਨੌਜਵਾਨ ਨੌਜਵਾਨ ਵੱਖਰੇ ਤਰੀਕੇ ਨਾਲ ਸੋਚਦਾ ਨੌਜਵਾਨ ਉਸ ਮਾਹੌਲ ਦਾ ਸੋਚੂ ਜਦੋਂ ਉਹ ਜਿਉ ਰਿਹਾ ਹਾਲਾਂਕਿ ਜਿਹੜੇ ਪੁਰਾਣੇ ਬਜ਼ੁਰਗ ਹੁੰਦੇ ਨੇ ਉਸ ਤਰੀਕੇ ਦੇ ਨਾਲ ਸੋਚਦੇ ਨੇ ਜਦੋਂ ਤੁਸੀਂ ਪੋਲਿਟਿਕਸ ਚ ਐਂਟਰੀ ਮਾਰੀ ਹਾਲਾਂਕਿ ਪੋਲਿਟਿਕਸ ਉਸ ਤਰੀਕੇ ਦੇ ਨਾਲ ਤੁਸੀਂ ਨਹੀਂ ਕਰ ਰਹੇ ਸਟੂਡੈਂਟ ਪੋਲਿਟਿਕਸ ਆ ਤੁਹਾਨੂੰ ਕੀ ਮਹਿਸੂਸ ਹੋਇਆ ਕਿ ਯਾਰ ਨੌਜਵਾਨਾਂ ਦਾ ਬੜਾ ਜਾਣਾ ਜ਼ਰੂਰੀ ਹੈ ਇੱਥੇ ਨਹੀਂ ਭਾਜੀ ਸ਼ਾਇਦ ਮੇਨ ਲੱਗਦਾ ਨੌਜਵਾਨਾਂ ਦਾ ਜਾਣਾ ਹੀ ਜ਼ਰੂਰੀ ਹੈ ਜੀ ਤੇ ਨੌਜਵਾਨ ਇੱਕ ਇਹੋ ਜਿਹੀ ਜਮਾਤ ਨੇ ਜਿਹੜੇ ਕਿ ਹਰ ਚੀਜ਼ ਨੂੰ ਬਦਲ ਸਕਦੇ ਨੇ ਭਗਤ ਸਿੰਘ ਵੀ ਇੱਕ ਨੌਜਵਾਨ ਸੀਗਾ ਸਾਡਾ ਜਿਹੜਾ ਇਤਿਹਾਸ ਹੈ ਉਹ ਨੌਜਵਾਨੀ ਦੀ ਨੀਹਾਂ ਤੇ ਖੜਿਆ ਆ। ਬਾਬਾ ਫਤਿਹ ਸਿੰਘ ਜੀ ਬਾਬਾ ਜਰਾਵਰ ਸਿੰਘ ਜੀ। ਬਿਲਕੁਲ। 7 ਤੇ 9 ਸਾਲ ਦੇ ਸੀਗੇ। ਬਿਲਕੁਲ। ਹਨਾ ਫਤਿਹਗੜ ਸਾਹਿਬ ਦੀ ਨੀਹਾਂ ਤੋਂ ਸਾਡਾ ਧਰਮ ਸ਼ੁਰੂ ਹੋਇਆ। ਤੇ ਉਹ ਤੁਸੀਂ ਦੇਖੋ ਸਾਬ ਜਿਆਦੇ ਸੀਗੇ। ਬਿਲਕੁਲ। ਤੇ ਉਹ ਕਿੰਨੇ ਸਾਲ ਦੀ ਉਮਰ ਸੀਗੇ ਉਹਨਾਂ ਸਿੱਧ ਕੋ ਨਹੀਂ ਹਾਰੇ। ਹਮ। ਠੀਕ ਹੈ ਜੀ ਤਾਂ ਕਹਿਣ ਦਾ ਭਾਵ ਹੈ ਕਿ ਨੌਜਵਾਨ ਹਰ ਚੀਜ਼ ਤੋਂ ਜ਼ਰੂਰੀ ਹੁੰਦੇ ਨੇ। ਬਿਲਕੁਲ। ਪਰ ਇਹ ਪੰਜਾਬ ਦਾ ਦੁਕਾਨ ਤਾਂ ਕਿ ਪੰਜਾਬ ਦੇ ਵਿੱਚ ਕਈ ਵੱਡੇ ਲੀਡਰ ਜਿਹੜੇ ਆਪਣੇ ਆਪ ਨੂੰ ਸਿਆਸੀ ਖੁੰਡ ਸਮਝਦੇ ਨੇ ਜਾਂ ਫਿਰ ਬੁੱਢੇ ਠੇਰੇ ਲੋਕ ਜਿਹੜੇ ਕਿ ਪਲੰਘਾਂ ਮਾਲ ਕੇ ਬੈਗੇ ਨੇ ਬਿਲਕੁਲ ਆਪਣੇ ਬੱਚਿਆਂ ਨੂੰ ਅੱਗੇ ਕਰਨਾ ਚਾਹੁੰਦੇ ਨੇ ਉਹ ਕੰਮ ਖਰਾਬ ਕਰਦੇ ਨੇ ਹੂੰ ਉਹਨਾਂ ਨੂੰ ਅਸੀਂ ਕੰਮ ਖਰਾਬ ਨਹੀਂ ਕਰਨ ਦਿੰਦੇ ਕਿਉਂਕਿ ਅਸੀਂ ਆਮ ਪਰਿਵਾਰਾਂ ਚੋਂ ਛੁੱਟ ਕੇ ਜਦੋਂ ਅੱਗੇ ਆਉਂਦੇ ਆ ਤਾਂ ਸਾਡੇ ਨਾਲ 90% ਲੋਕ ਸਾਡੇ ਨਾਲ ਜੁੜਦੇ ਨੇ ਉਹਨਾਂ ਨੂੰ ਪਤਾ ਕਿ ਇਹਦਾ ਫਾਦਰ ਕੋਈ ਨਹੀਂ ਸੀਗਾ ਐਮਐਲ ਐਮਪੀ ਨਹੀਂ ਸੀਗਾ ਤਾਂ ਇਹਦੀ ਸੋਚ ਸਾਡੇ ਵਰਗੀ ਹੋਊਗੀ ਅਸੀਂ ਅਖੀਰਲੀ ਗਤਾਰ ਚੋਂ ਮੂਹਰਲੀ ਗਤਾਰੇ ਚ ਆ ਕੇ ਬੈਠੇ ਹਾਂ ਤਾਂ ਸਾਨੂੰ ਉਹ ਰਾਸਤਾ ਪਤਾ ਆ ਤੇ ਰਹੀ ਗੱਲ ਨੌਜਵਾਨਾਂ ਦੀ ਨੌਜਵਾਨ ਨੀਵੋਂਦ ਨੇ ਬਈ ਜਦੋਂ ਆਪਾਂ ਘਰ ਬਣਾਉਨੇ ਆ ਨਾ ਆਪਾਂ ਨੀਵ ਪੱਟਦੇ ਆ ਬਿਲਕੁਲ ਜੇ ਇਸ ਘਰ ਦੀ ਨੀਵ ਸਟਰੋਂਗ ਨਹੀਂ ਹੈਗੀ ਉਹ ਘਰ ਦੀਆਂ ਕੰਧਾਂ ਕਦੇ ਵੀ ਨਹੀਂ ਟਿਕ ਸਕਦੀਆਂ ਬਿਲਕੁਲ ਜੇ ਇਸ ਸੂਬੇ ਦੇ ਨੌਜਵਾਨ ਮਜ਼ਬੂਤ ਨਹੀਂ ਹੈਗੇ ਉਹ ਸੂਬਾ ਕਦੇ ਵੀ ਆਪਣੇ ਪੈਰਾਂ ਤੇ ਖੜਾ ਨਹੀਂ ਹੋ ਸਕਦਾ ਜਦੋਂ ਤੁਸੀਂ ਬਜ਼ੁਰਗਾਂ ਦੀ ਗੱਲ ਕੀਤੀ ਹਾਲਾਂਕਿ ਬਹੁਤ ਵੱਡੇ ਪੋਲਿਟਿਸ਼ੀਅਨ ਨੇ ਉਹ ਲੰਬੇ ਸਮੇਂ ਤੋਂ ਕਈ ਵਾਰ ਦੇ ਵਿਧਾਇਕ ਹੁੰਦੇ ਨੇ ਰਾਜ ਸਭਾ ਮੈਂਬਰ ਵੀ ਹੁੰਦੇ ਨੇ ਮੈਂਬਰ ਪਾਰਲੀਮੈਂਟ ਵੀ ਚੁਣੇ ਜਾਂਦੇ ਨੇ ਮਿਨਿਸਟਰੀਆਂ ਵੀ ਉਹਨਾਂ ਦੇ ਕੋਲ ਰਹੀਆਂ ਹੁੰਦੀਆਂ ਉਹਨਾਂ ਨੂੰ ਤੁਸੀਂ ਦੇਖਦੇ ਸੀ ਐਜ ਇੱਕ ਨੌਜਵਾਨ ਪੰਜਾਬ ਦੀ ਸਿਆਸਤ ਨੂੰ ਤੁਸੀਂ ਕੀ ਦੇਖਿਆ ਕਿ ਕਿਹੜਾ ਉਹ ਵੱਡਾ ਬਦਲਾਅ ਜਿਹੜੀ ਪੰਜਾਬ ਦੀ ਸਿਆਸਤ 'ਚ ਨਹੀਂ ਹੋ ਰਿਹਾ ਜਾਂ ਫਿਰ ਜੋ ਸਿਆਸਤ 'ਚ ਐਂਟਰੀ ਕਰਦੇ ਹੋ ਕਿਉਂਕਿ ਹਰ ਇੱਕ ਦਾ ਹੁੰਦਾ ਕਿ ਮੈਂ ਆ ਬਦਲ ਦੂੰ ਈਸਰਪ੍ਰੀਤ ਹੁਣ ਕੀ ਸੋਚਦੇ ਸੀ ਪੰਜਾਬ ਦੀ ਸਿਆਸਤ ਨੂੰ ਲੈ ਕੇ ਜੋ ਅਸੀਂ ਸੋਚਦੇ ਸੀ ਉਹ ਕਈ ਹੱਦ ਤੱਕ ਅਸੀਂ ਕਰਨ 'ਚ ਕਾਮਯਾਬ ਹੋਏ ਜਿੰਨਾ ਕਿ ਮਹਾਰਾਜ ਨੇ ਆਉਦਾ ਬਖਸ਼ਿਆ ਜੀ ਜੇ ਤੁਸੀਂ ਇਹ ਕਹਿ ਲੋ ਕਿ ਮਤਲਬ ਹਾਲੇ ਤੱਕ ਸਰਕਾਰ ਨਹੀਂ ਹੈਗੀ ਅਨਜੇ ਤੁਸੀਂ ਇਹ ਕਹਿ ਲਓ ਮੇਰੇ ਕੋ ਕਲਮ ਦੀ ਤਾਕਤ ਹਾਲੇ ਤੱਕ ਆਈ ਨਹੀਂ ਬਿਲਕੁਲ ਪਰ ਮੇਰੇ ਕੋਲ ਇਹ ਸੀਗਾ ਕਿ ਮੈਂ ਆਪਣੇ ਸੰਗਠਨ ਚ ਕੀ ਕੀ ਚੀਜ਼ ਕਰ ਸਕਦਾ ਸੀਗਾ ਹੁਣ ਤੁਸੀਂ ਪਿੱਛੇ ਜੇ ਦੇਖੋ ਪੈਰਾਓਲਪਿਕ ਵਾਲਾ ਪਲੇਅਰ ਹੈ ਤਰुण ਬਿਲਕੁਲ ਉਹਨੂੰ ਅਸੀਂ ਨੌਕਰੀ ਦਿਵਾਹਟੇ ਆ ਅਸੀਂ ਪੰਜਾਬ ਯੂਨੀਵਰਸਿਟੀ ਜਿੱਥੇ ਹਟੇ ਆ ਅਸੀਂ ਕਈ ਇਹ ਜੇ ਮੁੱਦੇ ਨੇ ਅਸੀਂ ਫੀਸਾਂ ਦੇ ਮੁੱਦੇ ਚੱਕਦੇ ਆਏ ਆ ਅਸੀਂ ਆਪਣੀ ਭੈਣਾਂ ਦੀ ਸੁਰੱਖਿਆ ਦੇ ਮੁੱਦੇ ਚੱਕਦੇ ਆਏ ਆ ਅਸੀਂ ਹੋਸਟਲਾਂ ਦੇ ਵਿੱਚ ਮੁੱਦੇ ਚੱਕਦੇ ਆਏ ਆ ਕਹਿਣ ਦਾ ਭਾਵ ਇਹ ਹੈ ਕਿ ਜਦੋਂ ਇੱਕ ਭੁਖ ਪੜ ਰਿਹਾ ਆ ਨੌਜਵਾਨਾਂ ਨਾਲ ਆਲਾ ਭੁਖਾ ਅਸੀਂ ਉਹ ਪੁਰਖਿਆਂ ਜੀ ਨੇ ਦੇਸ਼ ਦੀਆਂ ਫਿਰ ਆਪਣੇ ਸੂਬੇ ਦੀ ਸਿਰਜਣਾ ਕਰਨੀ ਆ। ਹੂੰ ਅਸੀਂ ਉਹਨਾਂ ਦੇ ਮੁੱਦੇ ਚੱਕਦੇ ਆਏ ਆ। ਬਿਲਕੁਲ ਤੇ ਮੇਰੇ ਹਿਸਾਬ ਦੇ ਨਾਲ ਸਭ ਤੋਂ ਜ਼ਿਆਦਾ ਸਾਡੇ ਮੁੱਦੇ ਚੱਲਣੇ ਚਾਹੀਦੇ ਆ। ਹੂੰ ਇਹਨਾਂ ਦੇ ਮੁੱਦੇ ਹੁਣ ਕੀ ਸੋ ਫੋਰ ਐਗਜ਼ਾਮਪਲ ਮੈਂ ਤੁਹਾਨੂੰ ਪੰਜਾਬ ਦੀ ਗੱਲ ਕਰਾਂ। ਪੰਜਾਬ ਦੇ ਤਿੰਨ ਮੁੱਦੇ ਕਿਹੜੇ ਨੇ ਜਿਨ੍ਹਾਂ ਤੇ ਪੰਜਾਬ ਖੜਿਆ ਆ। ਉਹ ਮੁੱਦੇ ਪਹਿਲਾ ਮੁੱਦਾ ਮਾਈਗ੍ਰੇਸ਼ਨ ਦਾ ਆ। ਹੂੰ ਉਹ ਮਾਈਗ੍ਰੇਸ਼ਨ ਦਾ ਮੁੱਦਾ ਹੈ ਕਿ ਦਾ ਨੌਜਵਾਨੀ ਦਾ। ਬਿਲਕੁਲ ਦੂਜਾ ਮੁੱਦਾ ਨਸ਼ਿਆਂ ਦਾ ਉਹ ਮੁੱਦਾ ਹੈ ਕਿ ਦਾ ਨੌਜਵਾਨੀ ਦਾ 18 ਤੋਂ ਲੈ ਕੇ 35 ਸਾਲ ਦੀ ਉਮਰ ਤੱਕ ਦਾ ਤੀਜਾ ਮੁੱਦਾ ਹੈ ਬੇਰੁਜ਼ਗਾਰੀ ਦਾ ਉਹ ਮੁੱਦਾ ਕਿਹਦਾ ਆ ਨੌਜਵਾਨੀ ਦਾ ਚੌਥਾ ਮੁੱਦਾ ਤੁਸੀਂ ਲਾ ਲੋ ਕਿ ਨਸ਼ੇ ਨਸ਼ਿਆਂ ਦਾ ਮੁੱਦਾ ਆ ਇਸ ਮੁੱਦੇ ਸਾਰੇ 18 ਤੋਂ ਲੈ ਕੇ 30 ਸਾਲ ਦੀ ਉਮਰ ਤੱਕ ਦੇਣੇ ਜਿੰਨੇ ਮੈਂ ਮੁੱਦੇ ਕਰਾਇਆ ਨਸ਼ੇ ਮਾਈਗ੍ਰੇਸ਼ਨ ਬੇਰੁਜ਼ਗਾਰੀ ਤੇ ਆਪਣਾ ਜਦੋਂ ਬੱਚੇ ਇੱਧਰ ਉੱਧਰ ਤਰਮ ਪਰਵਰਤਨ ਕਰ ਰਹੇ ਨੇ ਇਹ ਮੁੱਦੇ ਹੈ ਕਿ ਦੇ ਬਾਈ ਨੌਜਵਾਨਾਂ ਦੇ ਇਹਨੇ ਮੁੱਦੇ ਨੇ ਨਾ ਤਾਂ ਕਹਿਣ ਦਾ ਭਾਵ ਹੈ ਜੇ ਨੌਜਵਾਨ ਹੀ ਇਹਦੇ ਵਿੱਚ ਸਭ ਤੋਂ ਵੱਧ ਅੱਬ ਵੱਡੇ ਲੀਡਰ ਰੋਲਾਂ ਕਿਉਂ ਪਾਉਂਦੇ ਨੇ ਕਿ ਯਾਰ ਨੌਜਵਾਨੀ ਹੱਥੋਂ ਗਈ ਨੌਜਵਾਨ ਹੱਥੋਂ ਚਲਾ ਗਿਆ ਬਾਹਰਲੇ ਜਾਜ ਪਰ ਹੋ ਰਹੇ ਨੇ ਇੱਥੋਂ ਮੁੰਡੇ ਛੱਡ ਛੱਡ ਜਾ ਰਹੇ ਨੇ 50 ਸਾਲ ਦਾ ਕੋਈ ਐਮਐਲ ਜਾਂਦਾ ਦੇਖਿਆ ਬਿਲਕੁਲ ਨਹੀਂ ਉਹ ਕੌਣ ਜਾਂਦਾ ਨੌਜਵਾਨ ਜਾਂਦਾ ਕੋਈ 50 ਸਾਲ ਦਾ ਚਿੱਟੇ ਦੀ ਲੈਂ ਲਾਉਂਦਾ ਦੇਖਿਆ 18 ਸਾਲ ਦਾ ਮਜਵਾਕ ਲਾਉਂਦਾ ਦੇਖੂਗਾ ਜਦੋਂ ਮੁੱਦੇ ਹੀ ਸਾਡੇ ਸਾਡੇ ਨੇ ਫਿਰ ਸਾਡੇ ਵਰਗੇ ਲੀਡਰ ਅੱਗੇ ਕਿਉਂ ਨਾ ਆਉਣ ਇਹਨਾਂ ਕੋਲ ਤਾਂ ਮੁੱਦੇ ਹੀ ਇਹ ਨਹੀਂਗੇ ਅੱਜ ਪੰਜਾਬ ਦੇ ਵਿੱਚ ਪਰਿਵਰਤਨ ਆ ਗਿਆ ਜਦੋਂ ਕਿਸਾਨੀ ਅਸੀਂ ਭਾਈ ਅਸੀਂ ਇਤਿਹਾਸ ਦੇ ਵਿੱਚੋਂ ਆਏ ਆ ਕਿਸਾਨੀ ਅੰਦੋਲਨ ਦੁਬਾਰਾ ਹੋ ਸਕਦਾ ਸੀਗਾ ਬਿਲਕੁਲ ਵੀ ਨਹੀਂ ਹੋ ਸਕਦਾ ਦੁਬਾਰਾ ਉਸ ਲੈਵਲ ਤੱਕ ਦਾ ਕਿਸਾਨੀ ਹੁੰਦੋਂ ਨੇ ਜਿਹਦੇ ਵਿੱਚ ਅਸੀਂ ਦੇਸ਼ ਦੇ ਪ੍ਰਧਾਨ ਮੰਤਰੀ ਤੋਂ ਧੌਣ ਚੁਕਾਈ ਹੈ ਕਿਹਨੇ ਚੁਕਾਈ ਹੈ ਨੌਜਵਾਨਾਂ ਨੇ ਚੁਕਾਈ ਹੈ ਬਜ਼ੁਰਗਾਂ ਦਾ ਵੀ ਸਾਥ ਜ਼ਰੂਰੀ ਸੀ ਬਜ਼ੁਰਗ ਤਾਂ ਕਹਿੰਦੇ ਸੀ ਸ਼ੰਭੂ ਪੇਰੀਅਰ ਤੋਂ ਮੁਰ ਚੜਨੇ ਆਂ ਅੰਬਾਲੇ ਵਾਲੇ ਤੋਂ ਇਹ ਕੌਣ ਸੀ ਇਹ ਨੌਜਵਾਨ ਸੀਗੇ ਜਿਹੜੇ ਕਹਿੰਦੇ ਸੀ ਦਿੱਲੀ ਦੀ ਬਰੂਹਾਂ ਤੇ ਜਾ ਕੇ ਬਹਿਣਾ ਤੇ ਅਸੀਂ ਗੋਡਾ ਧਰ ਕੇ ਅਸੀਂ ਆਪਣੇ ਹੱਕ ਲੈ ਕੇ ਆਏ ਆਂ ਹੂੰ ਇਹ ਕੌਣ ਸੀਗੇ ਜਿਹੜਾ ਕਹਿੰਦੇ ਨੌਜਵਾਨੀ ਸਭ ਤੋਂ ਵੱਧ ਪੰਜਾਬ ਦਾ ਜੇ ਅੱਜ ਦ੍ਰਿਸ਼ ਤਾਨ ਇਦਾਂ ਦਾ ਹੈ ਕਿਉਂਕਿ ਸਾਡੇ ਕੋਲ ਨੌਜਵਾਨ ਕੋਈ ਅੱਗੇ ਆਉਣ ਨੂੰ ਨਹੀਂ ਹੈਗਾ ਬਿਲਕੁਲ ਸਾਡੇ ਨੌਜਵਾਨ ਮਾਰੇ ਗਏ ਹੂੰ ਜਿਨ੍ਹਾਂ ਨੇ ਪੰਜਾਬ ਨੂੰ ਸਿਰਜਣ ਹਾਰ ਬਣਾਣਾ ਸੀ ਜਿਨ੍ਹਾਂ ਨੇ ਪੰਜਾਬ ਨੂੰ ਦਿਸ਼ਾ ਦੇਣੀ ਸੀਗੀ ਉਹ ਮਾਰੇਗੇ ਗੋਲੀਆਂ ਦੇ ਨਾਲ ਖੇਡ ਮਾਰੀ ਇਹਨਾਂ ਨੇ ਹੂੰ ਹੂੰ ਸੰਦੀਪ ਨੰਗਲੰਗ ਬੀਆਂ ਆਲਾ ਮਾਰਿਆ ਹੂੰ ਹੂੰ ਸੋਚ ਮਾਰੀ ਹੂੰ ਜਿਹੜੇ ਉਸ ਧਰਨੇ ਦੇ ਵਿੱਚ ਸਿਰ ਕੱਢਵੇਂ ਲੀਡਰ ਨੌਜਵਾਨ ਅਗਿਆ ਉਹਨਾਂ ਨੂੰ ਮਾਰਿਆ ਫਿਰ ਸਾਡੀ ਕਲਮ ਮਾਰਤੀ ਸਿੱਧੂ ਮੂਸੇ ਵਾਲਾ ਮਾਰਿਆ ਤੁਸੀਂ ਮੈਨੂੰ ਅੱਜ ਇੱਕ ਗੱਲ ਦੱਸੋ ਪ੍ਰਕਾਸ਼ ਸਿੰਘ ਬਾਦਲ ਦੀ ਵੀ ਮੌਤ ਹੁੰਦੀ ਆ 90 92 ਸਾਲ ਦੀ ਉਮਰ ਦੇ ਵਿੱਚ ਬਿਲਕੁਲ ਉਹ ਲੋਕਾਂ ਨੇ ਇੰਨਾ ਐਕਸਟੈਂਡ ਤੱਕ ਦੁੱਖ ਮਨਾਇਆ ਜਦੋਂ ਸਿੱਧੂ ਮੂਸੇਵਾਲਾ ਮਰਿਆ ਹਰ ਕਿਸੇ ਦੇ ਘਰ ਚ ਚਾਰ ਚਾਰ ਦਿਨ ਰੋਟੀ ਨਹੀਂ ਬਣੀ ਕੀ ਚੀਜ਼ ਸੀਗੀ ਉਹ ਕਿ ਇੱਕ ਨੌਜਵਾਨ ਸੀਗਾ ਅਜ ਅੱਜ ਆਪਾਂ ਭਗਤ ਸਿੰਘ ਦੀ ਗੱਲ ਅੱਜ ਤੱਕ ਕਿਉਂ ਕਰਦੇ ਆ ਕਿਉਂਕਿ ਇੱਕ ਨੌਜਵਾਨ ਸੀਗਾ ਉਹ ਤਾਂ ਕਹਿਣ ਦਾ ਭਾਵ ਇਹ ਹੈ ਜਦ ਤੱਕ ਅਸੀਂ ਆਪਣੇ ਨੌਜਵਾਨਾਂ ਨੂੰ ਅੱਗੇ ਨਹੀਂ ਲੈ ਕੇ ਆਵਾਂਗੇ ਤਾਂ ਹੁਣ ਮੈਂ ਫਿਰ ਸਾਡੇ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਹੈ ਕਹੋ ਕਿਸੇ ਕੋ ਰਾਜਨਾ ਦੇ ਹੈ ਜੋ ਲੈ ਹੈ ਨਜਬਲ ਸੇ ਲੈ ਹੈ ਬਿਲਕੁਲ ਮੇਰੇ ਦਾ ਦਿਮਾਗ ਚ ਇੱਥੇ ਗੱਲ ਬਸ ਗਈ ਉਹ ਜੋ ਅਸੀਂ ਲੈਨੇ ਹੱਕ ਠੋਕੇ ਹਿੱਕ ਠੋਕੇ ਕਹਿੰਨੇ ਆ ਕਿ ਇਹ ਸਾਡੀ ਹੱਕ ਸੱਚ ਦੀ ਕਮਾਈ ਆ ਜੀ ਅਸੀਂ ਮਿਹਨਤ ਕਰਨੇ ਆ ਸਾਨੂੰ ਸਾਡਾ ਬੰਦਾ ਹੱਕ ਦੋ ਤੇ ਸਾਡੀ ਪਾਰਟੀ ਦੇ ਵੀ ਰਹੀ ਆ ਅੱਜ ਤਾਂ ਹੀ ਆਪਣੀ ਇੰਨੇ ਵੱਡੇ ਦਾਇਰੇ ਦੇ ਵਿੱਚ ਆਪਣੀ ਕਿਤੇ ਨਾ ਕਿਤੇ ਜਗ੍ਹਾ ਬਣਾ ਪਾਏ ਆ ਤਾਂ ਕਹਿਣ ਦਾ ਭਾਵ ਹੈ ਕਿ ਨੌਜਵਾਨੀ ਬਹੁਤ ਜ਼ਰੂਰੀ ਆ ਜੇ ਸਾਨੂੰ ਪੰਜਾਬ ਦਾ ਸਿਨੈਰੀਓ ਬਦਲਣਾ ਕਿਉਂਕਿ ਮੁੱਦੇ ਨੌਜਵਾਨਾਂ ਦੇ ਨੇ ਸਾਰੇ ਪੰਜਾਬ ਦਾ ਜਿਤੋਂ ਨੌਜਵਾਨ ਚਰਚਾ ਕਰਦਾ ਜਿਵੇਂ ਤੁਸੀਂ ਚਰਚਾ ਕੀਤੀ ਨਸ਼ਿਆਂ ਦਾ ਇੱਥੇ ਮੁੱਦਾ ਹੈਗਾ ਜਦੋਂ ਕੈਨੇਡਾ ਨੂੰ ਜਾਣਾ ਅਮਰੀਕਾ ਨੂੰ ਜਾਣਾ ਜਿਹੜੀਆਂ ਵੀ ਦੇਸ਼ ਤੇ ਵੱਖ-ਵੱਖ ਕਿੱਤੇ ਹੈਗੇ ਨੇ ਪੂਰੀ ਦੁਨੀਆ ਦੇ ਕਿੱਤੇ ਹੈਗੇ ਨੇ ਉਧਰ ਨੂੰ ਨੌਜਵਾਨ ਜਾ ਰਿਹਾ ਯੂਨੀਵਰਸਿਟੀ 'ਚ ਲਗਾਤਾਰ ਕਿਉਂਕਿ ਤੁਹਾਨੂੰ ਜਾਣਾ ਪੈਂਦਾ ਯੂਨੀਵਰਸਿਟੀ ਫੇਰ ਜਿੱਤਰੀਆਂ ਪਹਿਲਾਂ ਜਿੱਤੀ ਹੁਣ ਫੇਰ ਚੋਣਾ ਆਉਣੀਆਂ ਨੇ ਇਥੋਂ ਦਾ ਨੌਜਵਾਨ ਕੀ ਸੋਚਦਾ ਚਰਚਾ ਕਰਦਾ ਕਿ ਕਿਉਂ ਉਹਨਾਂ ਨੂੰ ਇਸ ਤਰ੍ਹਾਂ ਲੱਗਦਾ ਮਹਿਸੂਸ ਹੁੰਦਾ ਕਿ ਆਹ ਮੁੱਦੇ ਹੋਣੇ ਚਾਹੀਦੇ ਕਿਉਂਕਿ ਚਰਚਾ ਤਾਂ ਅਕਸਰ ਹੁੰਦੀ ਹੈ ਬਹੁਤ ਸਾਰੇ ਤੁਸੀਂ ਪ੍ਰੋਗਰਾਮਾਂ 'ਚ ਸਰਕਿਤ ਕਰਦੇ ਹੋਮੋਗੇ ਨੌਜਵਾਨ ਕੀ ਸੋਚਦਾ ਦੇਖੋ ਆਪਾਂ ਨਾ ਮੇਨ ਯੂਨੀਵਰਸਿਟੀ ਨੂੰ ਪੰਜਾਬ ਯੂਨੀਵਰਸਿਟੀ ਨੂੰ ਇੰਨਾ ਹਾਈਲਾਈਟ ਕਰਦੇ ਆਂ ਚੰਡੀਗੜ੍ਹ ਚ ਐਕ ਤਾਂ ਤਾਂ ਕਰਕੇ ਬਿਲਕੁਲ ਇੱਕ ਉਹਦੇ 'ਚ ਇਲੈਕਸ਼ਨ ਹੁੰਦੇ ਆ ਤਾਂ ਕਰਕੇ ਕੋਈ ਹਾਈਲਾਈਟ ਹੋ ਜਾਂਦੀ ਐ ਅਸੀਂ ਪਿਛਲੀ ਵਾਰੀ ਵੀ ਜਿੱਤੇ ਜਿੱਦਾਂ ਤੁਸੀਂ ਕਿਹਾ ਐਤਕੀ ਵੀ ਪੂਰਾ ਜੋਲ ਲਾਵਾਂਗੇ ਉਹ ਚੱਕਰ ਇਹ ਐ ਉੱਥੇ ਨੌਜਵਾਨ ਉੱਥੇ ਕ੍ਰੀਮ ਆਉਂਦੀ ਐ ਪੰਜਾਬ ਦੀ ਬਿਲਕੁਲ ਤਿੰਨ ਚਾਰ ਸੂਬਿਆਂ ਹਮਾਚਲ ਦੇ ਪੰਜਾਬ ਦੇ ਤੇ ਥੋੜਾ ਜਿਹਾ ਯੂਪੀ ਵਾਲੇ ਪਾਸੇ ਦੇ ਵੀ ਜੀ ਮੇਨ ਜਿਆਦਾ ਉੱਥੇ ਪੜਦੇ ਨੇ ਹਿਮਾਚਲ ਪੰਜਾਬ ਤੇ ਹਰਿਆਣਾ ਹਰਿਆਣਾ ਹੁਣ ਉੱਥੇ ਕੀ ਆ ਜਿਹੜੀ ਉਹ ਨੌਜਵਾਨੀ ਉੱਥੋਂ ਨਿਕਲ ਕੇ ਆਉਂਦੀ ਆ ਸਾਰੇ ਅਫਸਰਾਂ ਦੇ ਮੁੰਡੇ ਨੇ ਜਾਂ ਫਿਰ ਆਮ ਘਰਾਂ ਤੋਂ ਮੁੰਡੇ ਆਉਂਦੇ ਨੇ ਜਾਂ ਫਿਰ ਸਕਾਲਰਸ਼ਿਪ ਲੈ ਕੇ ਮੁੰਡੇ ਆਉਂਦੇ ਨੇ ਜਿਹੜੇ ਉੱਥੇ ਪੜਨਾ ਚਾਹੁੰਦੇ ਆ ਬਿਲਕੁਲ ਹੁਣ ਉਹਨਾਂ ਦੀ ਸੋਚ ਇੱਕ ਤਾਂ ਉਹ 3 ਸਾਲ ਉੱਥੇ 4 ਸਾਲ ਆ ਗਏ ਪੁੱਤ ਆ ਬਈ ਸਿਕਿਉਰਡ ਨੇ ਮੈਂ ਤੁਹਾਨੂੰ ਅੱਜ ਇੱਕ ਗੱਲ ਦੱਸਦਾ ਕਿਉਂਕਿ ਉਹ ਚੰਡੀਗੜ੍ਹ ਦੇ ਪੱਪੂਰੇ ਪੰਜਾਬ ਦੀ کریم ਉੱਥੇ ਬੈਠੀ ਆ। ਅਸਲੀ ਨੌਜਵਾਨ ਕੌਣ ਆ ਬਾਈ? ਹਮ ਅਸਲੀ ਨੌਜਵਾਨ ਉਹ ਆ ਜਿਹੜਾ ਪਿੰਡੂ ਪਿੰਡ ਚੋਂ ਉੱਠਿਆ ਹੀ ਨਹੀਂ ਪਾਉਂਦਾ। ਜੀ। ਪੰਜਾਬ ਨੂੰ ਜੇ ਅਸਲੀ ਨੌਜਵਾਨ ਦੇਖਣਾ ਤਾਂ ਉਹ ਜਾ ਕੇ ਜੀਐਨਡੀਯੂ ਦੇਖੋ। ਪੀਏਯੂ ਦੇਖੋ। ਉਹ ਜਾ ਕੇ ਉੱਥੇ ਦੇਖੋ ਜਿੱਥੇ ਨੌਜਵਾਨ ਮਰ ਰਿਹਾ ਜਿੱਥੇ ਨੌਜਵਾਨਾਂ ਕੋਲ ਸੀਟਾਂ ਇਹ ਨਹੀਂ ਗਈਆਂ ਜਦੋਂ 90% ਵਾਲਿਆਂ ਕੋਲ ਕਾਲਜਾਂ ਦੇ ਵਿੱਚ ਐਡਮਿਸ਼ਨ ਲੈਣ ਨੂੰ ਸੀਟਾਂ ਇਹ ਨਹੀਂ ਗਈਆਂ। ਚੰਡੀਗੜ੍ਹ ਦੇ ਵਿੱਚ ਕਿੰਨੇ ਕਾਲਜ ਨੇ ਬਾਈ? 4-5 ਮੇਨ। ਜੀ। ਪੰਜਾਬ ਯੂਨੀਵਰਸਿਟੀ ਆ। ਐਸਡੀ ਕਾਲਜ ਹੋ ਗਿਆ ਖਾਲਸਾ ਕਾਲਜ ਹੋ ਗਿਆ ਆਪਣਾ ਡੀਏਵੀ ਹੋ ਗਿਆ ਹੋਰ ਇੱਕ ਅੱਧਾ ਕਾਲਜ ਹੋ ਗਿਆ ਜੀ ਇਹਨਾਂ ਦੇ ਵਿੱਚ ਸੀਟਾਂ ਕਿੰਨੀਆਂ ਨੇ ਕਿ ਕੋਰਸ ਦੀਆਂ 2-2 3-300 ਸੀਟਾਂ ਨੇ ਮੰਨ ਲਓ ਬੱਚੇ ਨੇ ਲੋਅ ਕਰਨੀਆਂ ਸਿਰਫ 2-300 ਸੀਟਾਂ ਨੇ ਪੰਜਾਬ ਯੂਨੀਵਰਸਿਟੀ ਦੇ ਵਿੱਚ ਸਰਕਾਰੀ ਦੀ ਮੈਂ ਗੱਲ ਕਰਦਾ ਜੀ ਪੰਜਾਬ ਯੂਨੀਵਰਸਿਟੀ ਪੰਜਾਬ ਦੀ ਅੰਡਰ ਆਉਂਦਾ ਸਾਡਾ ਪੰਜਾਬ ਦਾ ਹੱਕ ਬੰਦਾ ਉੱਥੇ ਬਿਲਕੁਲ ਜੇ ਬੱਚੇ ਨੇ 300 ਸੀਟਾਂ ਉੱਥੇ ਦੀ ਭਰ ਲਈਆਂ ਤੁਸੀਂ ਬੱਚਾ ਮਹਾਲੀ ਆ ਜਾਂਦਾ ਮਹਾਲੀ ਖਰੜ ਰੋਪੜ ਚਮਕੌਰ ਸਾਹਿਬ ਜਾਂ ਫਿਰ ਨਨੰਦਪੁਰ ਸਾਹਿਬ ਜਾਂ ਹੋਰ ਅੱਗੇ ਚੱਲ ਜਾਓ ਮੈਨੂੰ ਇੱਕ ਵਧੀਆ ਲੋਕ ਕਾਲਜ ਦੱਸ ਦੋ ਜੀ ਦੱਸੋ ਜੇ ਕੋਈ ਹੈਗਾ ਇੱਕ ਵੀ ਵਧੀਆ ਸਰਕਾਰੀ ਦੀ ਗੱਲ ਕਰਦਾ ਮੈਂ ਪ੍ਰਾਈਵੇਟ ਮੈਂ ਤੁਹਾਨੂੰ ਦੱਸ ਗਿਣਾ ਸਕਦਾ ਪ੍ਰਾਈਵੇਟ ਬਹੁਤ ਨੇ ਬਹੁਤ ਜ਼ਿਆਦਾ ਇੱਕ ਸੈਮੈਸਟਰ ਦੀ ਫੀਸ ਕਿੰਨੀ ਹੈ ਪ੍ਰਾਈਵੇਟ ਦੇ ਵਿੱਚ 70 ਤੋਂ 80000 ਰੁਪਏ ਜਿਹੜੇ ਨੌਜਵਾਨ ਪਿੰਡੂ ਖੇਤਰ ਦੇ ਨੇ ਉਹ ਜੀਐਨਡੀਓ ਹੁਣ ਧਰਨਾ ਲੱਗਿਆ ਸੀਗਾ ਪਹਿਲਾਂ ਇੱਕ ਦਰ ਸੈੱਟ ਹੁੰਦਾ ਸੀਗਾ ਜਿੰਨੇ ਪਿੰਡੂ ਖੇਤਰ ਦੇ ਬੱਚੇ ਆਉਣਗੇ ਉਹਨਾਂ ਦਾ ਦਰ ਸੈੱਟ ਹੈ ਉਹ ਸਰਕਾਰ ਨੇ ਘਟਾ ਕੇ 2% ਕਰਤਾ ਤੁਸੀਂ ਨੌਜਵਾਨਾਂ ਨੂੰ ਜੇ ਅਸਲੀ ਤੁਸੀਂ ਦੇਖਣੇ ਨੇ ਪਿੰਡਾਂ 'ਚ ਦੇਖੋ ਜਾ ਕੇ ਕਿਉਂ ਨਾ ਤਾਂ ਉਹਨਾਂ ਨੂੰ ਪੜ੍ਹਾਈ ਪੂਰੀ ਮਿਲ ਪੰਦੀ ਹੈ ਬਿਲਕੁਲ ਤੁਸੀਂ ਇਹ ਨੌਜਵਾਨਾਂ ਨੂੰ ਦੇਖੋ ਜਿਹੜੇ ਪੜ੍ਹਾਈ ਕਰਦੇ ਨੇ ਨਹੀਂ ਇਹ ਤਾਂ ਆਪਣਾ ਸੰਘਰਸ਼ ਕਰ ਰਹੇ ਨੇ ਜੀ ਤੁਸੀਂ ਉਹ ਨੌਜਵਾਨਾਂ ਨੂੰ ਦੇਖੋ ਜਿਹੜੇ 18 ਸਾਲ ਤੋਂ ਬਾਅਦ ਜਿਨ੍ਹਾਂ ਕੋਲ ਪੈਸੇ ਹੀ ਨਹੀਂ ਇਕੱਠੇ ਹੋ ਰਹੇ ਕਿ ਅਸੀਂ ਸਰਕਾਰੀ ਕਾਲਜ ਐਡਮਿਸ਼ਨ ਨਹੀਂ ਮਿਲੀ ਪ੍ਰਾਈਵੇਟ 'ਚ ਸਾਨੂੰ ਭਾਈ ਪ੍ਰਾਈਵੇਟ 'ਚ 10 ਲੱਖ ਰੁਪਏ ਲਾ ਕੇ ਅੱਜ ਇੱਕ ਬੀਏ ਹੁੰਦੀ ਹੈ ਬੀਏ ਵੀ 4 ਸਾਲ ਦੀ ਕਰਤੀ ਫਿਰ ਉਹ ਬਾਪੂ ਕਹਿੰਦਾ ਯਾਰ ਕਿੱਲਾ ਵੇਚ ਲੈਂਦੇ ਤੂੰ ਬਾਹਰ ਨੂੰ ਹੀ ਜਾ ਹਾਂ 80% ਨੌਜਵਾਨ ਇਹੋ ਜਿਹੇ ਨੇ ਜਿਹੜੇ ਬਾਹਰ ਨੂੰ ਜਾਈ ਜਾਂਦੇ ਨੇ ਉਹ ਮੇਰੇ ਹਿਸਾਬ ਦੇ ਨਾਲ ਤਾਂ ਸਹੀ ਜਾਂਦੇ ਨੇ ਉਹ ਕਿਉਂਕਿ ਜੇ ਤੁਸੀਂ 10 ਲੱਖ ਇੱਥੇ ਖਰਚਣਾ ਤੁਸੀਂ 20 ਲੱਖ ਆਪਣਾ ਬਾਹਰ ਜਾਓ ਜੀ ਉਹ ਕਿਉਂ ਇੱਥੇ ਖਰਚ ਹੋ ਰਹੇ ਨੇ ਪੈਸੇ ਕਿਉਂਕਿ ਸਰਕਾਰੀ ਕਾਲਜ ਨਹੀਂ ਹੈਗੇ ਸਭ ਤੋਂ ਪਹਿਲਾ ਮੁੱਦਾ ਇਹ ਹੈ ਬਿਲਕੁਲ ਕਿ ਸਰਕਾਰ ਨੇ ਡੇਢ ਦੋ ਸਾਲ ਹੋ ਗਏ ਪਿਛਲੀਆਂ ਸਰਕਾਰਾਂ ਨੇ ਵੀ ਤੇ ਇਸ ਸਰਕਾਰ ਨੇ ਵੀ ਇੱਕ ਨੀਂਹ ਪੱਥਰ ਵੀ ਨਹੀਂ ਧਰਿਆ ਕਿਸੇ ਵੱਡੇ ਕਾਲਜ ਦਾ ਤੁਸੀਂ ਮੈਨੂੰ ਦੱਸ ਦਿਓ ਜੇ ਧਰਿਆ ਹੋਵੇ ਇੱਕ ਕਾਲਜ ਦਾ ਨੀਂਹ ਪੱਥਰ ਨਹੀਂ ਹੈ ਹੁਣ ਸਾਨੂੰ ਸੋਚਣਾ ਪੈਣਾ ਕਿ ਨੌਜਵਾਨੇ ਸੋਚਦੇ ਕਿਉਂ ਨਹੀਂ ਨੌਜਵਾਨਾਂ ਦੇ ਵਿੱਚ ਨਸ਼ਾ ਕਿਉਂ ਨਾ ਵੱਧਦਾ ਨੌਜਵਾਨ ਬਾਹਰ ਜਾਂਦਾ ਕਿਉਂ ਸੋਚਦੇ ਨਹੀਂ ਭਾਈ ਸਾਡੇ ਬਜ਼ੁਰਗ ਕਹਿੰਦੇ ਹੁੰਦੇ ਸੀ ਜਿਹੜਾ ਬੇਲਾ ਦਿਮਾਗ ਹੁੰਦਾ ਸ਼ੈਤਾਨ ਦਾ ਘਰ ਹੁੰਦਾ ਜਦੋਂ ਨੌਜਵਾਨੀ ਦੇ ਕੋਲ ਕੁਝ ਕਰਨ ਨੂੰ ਹੀ ਨਹੀਂ ਹੋਊਗਾ ਅਸੀਂ ਵੀ ਨੌਜਵਾਨ ਆ ਬਾਈ ਬਿਲਕੁਲ ਸਾਡੇ ਵੀ ਯਾਰ ਦੋਸਤ ਜਿਨ੍ਹਾਂ ਕੋਲ ਕੋਈ ਕਰਨ ਨੂੰ ਹੀ ਨਹੀਂ ਹੈਗਾ ਨੌਕਰੀ ਹੈ ਨਹੀਂਗੀ ਪੜੇ ਲਿਖੇ ਨੇ ਘਰਦਿਆਂ ਦਾ ਪ੍ਰੈਸ਼ਰ ਪੈਂਦਾ ਇਦਾਂ ਸਪਰਿੰਗ ਵਾਂਗੂ ਪ੍ਰੈਸ਼ਰ ਪੈਂਦਾ 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 ਬੱਚਾ ਕਹਿੰਦਾ ਯਾਰ ਐਸੀ ਤੈਸੀ ਮਰਾ ਇਸ ਤੋਂ ਚੰਗਾ ਸੁਸਾਈਡ ਕਰ ਲੈਨੇ ਹੂੰ ਹੂੰ ਸਾਲ ਸੁਸਾਈਡ ਨਹੀਂ ਕਰਦੇ ਫਿਰ ਨਸ਼ਾ ਸ਼ੁਰੂ ਕਰਦੇ ਆ ਬੀਅਰ ਦੀ ਬੋਤਲ ਤੋਂ ਸ਼ੁਰੂ ਹੁੰਦਾ ਚਿੱਟੇ ਤੱਕ ਜਾਂਦਾ ਬਿਲਕੁਲ ਕਿਉਂ ਹੁੰਦਾ ਕਿਉਂਕਿ ਸਾਡੇ ਕੋਲ ਸਾਡੀ ਐਨਰਜੀ ਬਹੁਤ ਆ ਬਾਈ ਪੰਜਾਬ ਚ ਹੂੰ ਹੂੰ ਪੰਜਾਬ ਦੀ ਜਿਹੜੀ ਨੌਜਵਾਨੀ ਹੈ ਉਹਨੇ ਗੋਰੇ ਭਜਾਤੇ ਪੰਜਾਬ ਦੀ ਨੌਜਵਾਨੀ ਨੇ ਸਭ ਤੋਂ ਹੰਕਾਰੇ ਬੰਦੇ ਤੋਂ ਕਿਲਾ ਕਢਤਾ ਜੇ ਤੁਸੀਂ ਹੁਣ ਦੀ ਗੱਲ ਕਰੂੰ ਪੰਜਾਬ ਦੀ ਨੌਜਵਾਨੀ ਉਹ ਹੈ ਜਿਹੜੀ ਸੜਕਾਂ ਤੇ ਸੁੱਤੀ ਰਹੀ ਹਰ ਸੰਘਰਸ਼ ਚ ਮੂਰਿਆਈ ਹੈ ਪਰ ਜਦੋਂ ਤੁਸੀਂ ਉਹ ਨੌਜਵਾਨੀ ਨੂੰ ਇੰਨੀ એનર્ਜੀ ਨੂੰ ਚੈਨਲਾਈਜ਼ ਨਹੀਂ ਕਰਦੇ ਯਾਰ ਤੁਸੀਂ ਵੀ ਹੁਣ ਜੇ ਅਸੀਂ ਲੜਾਕੂ ਐ ਸਾਰੇ ਪੰਜਾਬੀ ਹਿੰਦੂ ਮੁਸਲਮਾਨ ਸਿੱਖ ਬਾਅਦ ਚ ਆਉਂਦੇ ਨੇ ਪਰ ਪਹਿਲਾਂ ਪੰਜਾਬੀ ਐ ਪੰਜਾਬੀ ਸਾਡੇ ਗੰਨਾਨਕ ਦੇਵ ਜੀ ਨੇ ਹੱਥੀਂ ਕਿਰਚ ਕਰਨਾ ਸਿਖਾਇਆ ਜਦੋਂ ਤੁਸੀਂ ਨੌਜਵਾਨਾਂ ਦੀ એનર્ਜੀ ਨੂੰ ਚੈਨਲਾਈਜ਼ ਹੀ ਨਹੀਂ ਕਰੋਗੇ ਉਹ ਤਾਂ ਫਿਰ ਨੌਜਵਾਨ ਜਾਊਗਾ ਕਿੱਥੇ ਭਾਈ ਇਹ ਵੀ ਹੁੰਦਾ ਜਦੋਂ ਰਾਜਨੀਤੀ ਦੀ ਗੱਲ ਹੁੰਦੀ ਆ ਸਤਾ ਜਿਹੜੀਆਂ ਲੰਗੀਆਂ ਲੋਕ ਸਭਾ ਚੋਣਾਂ ਜਾਂ ਜਿਮਣੀ ਚੋਣਾਂ ਜੋ ਵੀ ਹੁੰਦੀਆਂ ਰਾਜਨੀਤੀ ਵੀ ਇਸ ਗੱਲ ਤੇ ਹੁੰਦੀ ਆ ਨਾ ਜਾਂ ਤਾਂ ਫਿਰ ਐਸਵਾਈਐਲ ਦਾ ਮੁੱਦਾ ਉਦੋਂ ਭਾਰੀ ਹੁੰਦਾ ਜਾਂ ਫਿਰ ਹੋਰ ਬੜੇ ਉਦੋਂ ਵੀ ਸਿੱਖਿਆ ਦੀ ਗੱਲ ਨਹੀਂ ਹੁੰਦੀ ਸਿਹਤ ਤੇ ਰਾਜਨੀਤੀ ਨਹੀਂ ਹੋ ਰਹੀ ਪੰਜਾਬ ਵਿੱਚ ਜਿਵੇਂ ਤੁਸੀਂ ਕਿਹਾ ਸਿੱਖਿਆ ਦੀ ਤਾਂ ਗੱਲ ਬਹੁਤ ਘਟਣੀ ਕਾਲਜ ਜਿਹੜੇ ਹੈ ਨੇ ਉਹ ਵੀ ਬੜੇ ਸਰਕਾਰੀ ਕਾਲਜਾਂ ਚ ਪ੍ਰੋਫੈਸਰਾਂ ਦੀ ਗਿਣਤੀ ਘਟ ਰਹੀ ਹੈ। ਬਿਲਕੁਲ। ਇਹ ਸਰਕਾਰ ਇਹ ਸਰਕਾਰ ਹੀ ਆਈ এডਿਊਕੇਸ਼ਨ ਤੇ ਹੈਲਥ ਤੇ ਦੀ ਤਾਂ ਹੀ ਤਾਂ ਬਦਲਾਅ ਕਹਿੰਦੇ ਸੀ। ਕਾਂਗਰਸ ਨੇ এডਿਊਕੇਸ਼ਨ ਤੇ ਬਦਲਾਅ ਇਹ ਲੋਕਾਂ ਨੇ ਲੱਗਿਆ ਕਿ ਕਾਂਗਰਸ ਤੇ ਕਾਲੀ ਦਲ ਨੇ ਗੱਲ ਨਹੀਂ ਕਰੀ। ਹੁਣ ਇਹਨਾਂ ਨੂੰ ਲੋਕਾਂ ਨੂੰ ਇਹ ਸੀਗਾ ਕਿ ਇਹ এডਿਊਕੇਸ਼ਨ ਤੇ ਹੈਲਥ ਦੋ ਮੇਨ ਇਹ ਜੀਆਂ ਚੀਜ਼ਾਂ ਨੇ ਜੇ ਤੁਸੀਂ ਕੋਈ ਵਿਕਾਸ ਸੂਬਾ ਕਹਿੰਦੇ ਹੋ ਉਹਨੂੰ ਕਿ ਸੂਬਾ ਤਰੱਕੀ ਕਰ ਰਿਹਾ ਉਹ ਕਿਹੜੇ ਤਰੱਕੀ ਮੁੱਦੇ ਤੇ ਕਰਦਾ ਹੈ ਤਾਂ ਉਹਦੀ এডਿਊਕੇਸ਼ਨ ਵਧੀਆ ਹੋਊਗੀ ਜਾਂ ਉਹਦੀ ਹੈਲਥ ਵਧੀਆ ਹੋਊਗੀ। ਕੇਰਲਾ ਦੇ ਵਿੱਚ 100% ਬੱਚੇ ਸਾਰੇ ਪੜ੍ਹੇ ਲਿਖੇ ਨੇ ਬਿਲਕੁਲ ਕੇਰਲਾ ਜੀ ਆਪਣੀ ਫਾਈਲ ਆਪ ਲਾਉਂਦਾ ਬਾਹਰ ਬੈਂਗਲੌਰ ਆ ਜ ਆਪਣੀ ਫਾਈਲ ਆਪ ਲਾਉਂਦਾ ਇੱਕ ਮੈਨੂੰ ਦੱਸ ਦਿਓ ਉੱਥੇ ਏਜੰਟ ਇੱਕ ਵੀ ਏਜੰਟ ਦਾ ਨਾਮ ਲੈ ਦਿਓ ਜੀ ਇੱਥੋਂ ਤੁਸੀਂ ਸ਼ੁਰੂ ਕਰ ਦਿਓ ਲੈ ਬਠਿੰਡੇ ਦੀ ਅਜੀਤ ਰੋਡ ਤੱਕ ਬਿਲਕੁਲ ਮੈਂ ਤੁਹਾਨੂੰ ਲੱਖਾਂ ਕਰੋੜਾਂ ਏਜੰਟ ਬੈਠੇ ਨੇ ਅਜੀਤ ਰੋਡ ਤਾਂ ਪੂਰਾ ਗਾੜਾ ਹੱਬ ਆ ਉੱਥੇ ਕਿਸੇ ਤਰ੍ਹਾਂ ਦਾ ਹੋਰ ਸੈਂਟਰੀ ਨਹੀਂ ਰਿਹਾ ਸਾਰੇ ਆਈ ਲਿਸਟ ਤੇ ਉਹ ਕੌਣ ਨੇ ਠੱਗ ਨੇ ਸਾਰੇ ਹੂੰ ਹੂੰ ਕਿਉਂਕਿ ਸਾਡੇ ਬੱਚੇ ਇੰਨਾ ਜ਼ਿਆਦਾ ਜਾਗਰੂਕਤ ਨਹੀਂ ਹੈ ਸਾਡੇ ਬੱਚੇ ਇੰਨੇ ਜ਼ਿਆਦਾ ਹਾਲੇ ਜਾਗਰੂਤ ਸਰਕਾਰ ਵੱਲੋਂ ਨਹੀਂ ਹੋ ਪਾਏ ਗੱਲ ਤਾਂ ਸਰਕਾਰ ਦੀ ਸੀਗੀ ਨਾ ਬਿਲਕੁਲ ਤੁਸੀਂ ਚਰਚਾ ਕੀਤੀ ਕਿਉਂਕਿ ਅਕਸਰ ਹੁੰਦਾ ਐਨਐਸਯੂਏ ਦੀ ਗੱਲ ਕਰੀਏ ਹੋਰ ਬਹੁਤ ਸਾਰੇ ਲੀਡਰ ਵੀ ਇੱਥੋਂ ਬੰਦੇ ਰਾਹੁਲ ਗਾਂਧੀ ਨਾਲ ਕਦੇ ਮੁਲਾਕਾਤ ਹੋਈ ਇਸ ਗੱਲ ਨੂੰ ਲੈ ਕੇ ਕਿ ਸਾਡੇ ਮੁੱਦੇ ਮੈਨੂੰ ਲੱਗਦਾ ਆ ਹੋਣੇ ਚਾਹੀਦੇ ਨੇ ਤੁਹਾਡਾ ਕਿਤੇ ਸਵਾਲ ਹੋਇਆ ਵੀ ਆ ਆਓ ਆਪਾਂ ਸਿੱਖਿਆ ਤੇ ਮੰਨ ਲਓ ਇੱਕ ਸਿੱਖਿਆ ਦੀ ਕ੍ਰਾਂਤੀ ਹੈ ਜਿਹੜੀ ਇਸ ਦੇਸ਼ ਨੂੰ ਬੜੀ ਜ਼ਰੂਰੀ ਆ ਦੇਖੋ ਬਾਈ ਰਾਹੁਲ ਗਾਂਧੀ ਜੀ ਜਾਂ ਫਿਰ ਪਹਿਲਾ ਆਪਾਂ ਨੂੰ ਆਪਣਾ ਸੂਬਾ ਹੋਣਾ ਚਾਹੀਦਾ ਠੀਕ ਹੈ ਉਹ ਦੇਸ਼ ਦੀ ਗੱਲ ਕਰਦੇ ਨੇ ਇਦਾਂ ਨਹੀਂ ਹੈਗਾ ਕਿ ਉਹ ਪੰਜਾਬ ਦੇ ਬਾਰੇ ਸੋਚਦੇ ਨੇ ਬਹੁਤ ਵਧੀਆ ਸੋਚ ਆ ਉਹਨਾਂ ਦੀ ਹਰ ਬੰਦੇ ਦੀ ਪੰਜਾਬ ਦੇ ਬਾਰੇ ਹਰ ਲੀਡਰ ਦੀ ਪੰਜਾਬ ਦੇ ਬਾਰੇ ਬਹੁਤ ਵਧੀਆ ਸੋਚ ਆ ਜੀ ਠੀਕ ਹੈ ਪਰ ਚੱਕਰ ਇਹ ਹੈ ਬਾਈ ਜਦੋਂ ਪੰਜਾਬ ਦੇ ਲੀਡਰ ਉਹ ਕੁਰਸੀ ਤੇ ਜਾ ਕੇ ਬਹਿ ਜਾਂਦੇ ਨੇ ਪੰਜਾਬ ਦੇ ਲੀਡਰਾਂ ਨੇ ਮੈਂ ਗੱਲ ਕਰਦਾ ਜੀ ਫਿਰ ਨਾ ਤਾਂ ਉਹਨਾਂ ਨੂੰ ਐਜੂਕੇਸ਼ਨ ਦਿਖਦੀ ਹੈ ਹਮ ਨਾ ਤਾਂ ਉਹਨਾਂ ਨੂੰ ਹੈਲਥ ਦਿਖਦੀ ਹੈ ਨਾ ਤਾਂ ਨੌਜਵਾਨੀ ਦਿਖਦੀ ਹੈ ਉਹਨਾਂ ਨੂੰ ਆਪਣਾ ਢਿੱਡ ਦਿਖਦਾ ਤੇ ਆਪਣੇ ਜਵਾਕ ਦਿਖਦੇ ਨੇ ਸਿੱਧੀ ਜੀ ਗੱਲ ਹੈ ਬਾਈ ਜੇ ਤੁਸੀਂ ਨੌਜਵਾਨਾਂ ਦੇ ਮੁੱਦੇ ਜੇ ਤੁਸੀਂ ਨੌਜਵਾਨ ਨੂੰ ਜਾ ਕੇ ਉੱਥੇ ਜਾ ਕੇ ਬਿਠਾਉਂਗੇ ਬਿਲਕੁਲ ਉਹ ਫਿਰ ਨੌਜਵਾਨ ਹੀ ਚੱਕੂਗਾ ਨਾ ਹੁਣ ਮੇਰਾ ਕੋਈ ਮੇਰੇ ਮਾਪਿਓ ਨੇ ਇੱਕ ਭੈਣ ਨਾ ਮੇਰਾ ਹੁਣ ਕੋਈ ਪਰਿਵਾਰ ਪਾਲਣ ਵਾਲਾ ਕਿ ਮੈਂ ਆਪਣੇ ਕੋਈ ਘਰ ਵਾਲੀ ਨੂੰ ਪਾਲੂਗਾ ਜਾਂ ਫਿਰ ਮੈਂ ਆਪਣੇ ਜਵਾਕਾਂ ਨੂੰ ਪਾਲੂਗਾ ਕੁਝ ਵੀ ਨਹੀਂ ਇਦਾਂ ਦਾ ਬਾਈ ਜੀ ਅਸੀਂ ਨੌਜਵਾਨਾਂ ਦੇ ਵਿੱਚੋਂ ਹੀ ਉੱਠ ਕੇ ਨੌਜਵਾਨੀ ਦੀ ਹੀ ਗੱਲ ਕਰਾਂਗੇ ਹੁਣ ਤੁਹਾਡੇ ਠੱਡ ਪੀੜ ਹੁੰਦੀ ਹੋਵੇ ਤੁਸੀਂ ਉਹ ਡਾਕਟਰ ਨੂੰ ਜਾ ਕੇ ਕਹੋਗੇ ਮੇਰੇ ਠੱਡ ਪੀੜ ਹੁੰਦੀ ਆ ਬਿਲਕੁਲ ਤੁਹਾਨੂੰ ਪਤਾ ਕਿ ਮੇਰੇ ਆਹ ਦਰਦਾ ਹੁਣ ਨੌਜਵਾਨਾਂ ਨੂੰ ਪਤਾ ਕਿ ਨੌਜਵਾਨੀ ਦੇ ਆਹ ਦਰਦਾ ਤਾਂ ਹੀ ਨੌਜਵਾਨੀ ਦਾ ਕੋਈ ਲੀਡਰ ਚਾਹੀਦਾ ਅੱਜ ਕੱਲ ਦੇ ਯਾਰ 50 ਸਾਲ ਦੇ ਉੱਤੇ ਵਾਲੇ ਬੰਦੇ ਨੂੰ ਜੇ ਤੁਸੀਂ ਨਵਾਂ ਫੋਨ ਲੈ ਕੇ ਦੇ ਦੋ ਨਾ ਉਹਨਾਂ ਨੂੰ ਫੋਨ ਨਹੀਂ ਕਰਨਾ ਆਉਂਦਾ ਬਿਲਕੁਲ ਆਪਣੇ ਪੋਤੇ ਨੂੰ ਬੁਲਾਉਂਦੇ ਨੇ ਪੁੱਤ ਫੋਨ ਕਰਕੇ ਦਿਖਾਈ ਜਦੋਂ ਤੁਹਾਨੂੰ ਸਾਡੀ ਜਨਰੇਸ਼ਨ ਦਾ ਫੋਨ ਨਹੀਂ ਚਲਾਉਣਾ ਆਉਂਦਾ ਸਭ ਤੁਸੀਂ ਸਾਡੀ ਜਨਰੇਸ਼ਨ ਦੇ ਮੁੱਦੇ ਕਿੱਦਾਂ ਪੜ ਲੋਗੇ ਬਿਲਕੁਲ ਰਹੀ ਗੱਲ ਪੰਜਾਬ ਦੀ ਪੰਜਾਬ ਇੱਕ ਇਹ ਜਿਹਾ ਸੂਬਾ ਹੋਣਾ ਚਾਹੀਦਾ ਬਾਈ ਜੇ ਆਪਾਂ ਕਰਦੇ ਨਾ ਆਪਣੇ ਰਾਜ ਦੀ ਗੱਲ ਕਰਦੇ ਜਾਂ ਆਪਾਂ ਕਹਿੰਦੇ ਮਹਾਰਾਜ ਰਣਜੀਤ ਸਿੰਘ ਦਾ ਰਾਜ ਆਵੇ ਜੇ ਆਪਾਂ ਕਹਿੰਨੇ ਆ ਕਿ ਸਾਡਾ ਰਾਜ ਆਵੇ ਕਿ ਮਤਲਬ ਜਿਹਦੇ ਵਿੱਚ ਸਾਰੇ ਸੁੱਖ ਸੁਵਿਧਾ ਹੋਣ ਸਾਰੇ ਪੜੇ ਲਿਖੇ ਹੋਣ ਨੇਜਿਆਂ ਨਾਲ ਖੰਡਿਆਂ ਨਾਲ ਕਿਰਪਾਨਾਂ ਨਾਲ ਨਹੀਂ ਆਉਣਾ ਉਹ ਹਮ ਅੱਜ ਤੁਹਾਡੀ ਇਹ ਜਿਹੜੀ ਉਂਗਲ ਆ ਨਾ ਇਹ ਤਲਵਾਰ ਆ ਤੁਹਾਡਾ ਜਿਹੜਾ ਕੈਂਡੀਡੇਟ ਤੁਸੀਂ ਖੜਾਉਂਗੇ ਉਹ ਯੋਧਾ ਆ ਤੁਸੀਂ ਆਪਣੀ ਹੀ ਤਲਵਾਰ ਉਹਦੇ ਹੱਥ ਚ ਫੜਾਉਣੀ ਆ ਨਿਹਾਤਾ ਤਾਂ ਨਹੀਂ ਲੜ ਪਾਉਣਾ ਉਹਨੇ ਬਿਲਕੁਲ ਜੇ ਪੰਜਾਬ ਦੀ ਨੌਜਵਾਨੀ ਚਾਹੁੰਦੀ ਹੈ ਕਿ ਪੰਜਾਬ ਦੇ ਨੌਜਵਾਨ ਅੱਗੇ ਆਉਣ ਭਾਈ ਭਗਵੰਤ ਮਾਨ ਦੀ ਸਰਕਾਰ ਬਣਾਉਣ ਵਾਲੀ ਪੰਜਾਬ ਦੀ ਨੌਜਵਾਨੀ ਹੈ ਬਿਲਕੁਲ ਇਹ ਜਦੋਂ ਗਾਣਾ ਚੱਲਦਾ ਹੁੰਦਾ ਤੇ ਤੇਰੇ ਯਾਰ ਨੂੰ ਦੱਬਣ ਨੂੰ ਫਿਰਦੇ ਨੇ ਸਾਰੇ ਨੌਜਵਾਨੀ ਸੀ ਜਿਹੜੇ ਨੱਚਦੇ ਸੀਗੇ ਜਾਂ ਫਿਰ ਇਹਨੂੰ ਲਹਿਰ ਬਣਾਈਏ ਕਿਹਨੇ ਬਣਾਈ ਪਰ ਨੌਜਵਾਨੀ ਯੂਜ਼ ਹੋ ਜਾਂਦੀ ਹੈ ਅਸੀਂ ਕੀ ਆ ਬੜੇ ਬੜੇ ਨੌਜ ਬੜੇ ਬੜੇ ਲੀਡਰ ਕੀ ਕਰਦੇ ਨੇ ਸਾਡੇ ਪੇਟ ਤੇ ਥਾਪੀ ਮਾਰ ਕੇ ਇਹ ਕਹਿੰਦੇ ਨੇ ਅਸੀਂ ਵੀ ਜਾਂ ਸੂਬਾ ਪ੍ਰਧਾਨ ਮੈਂ ਨਹੀਂ ਸੀਗਾ ਸਾਡੇ ਵੀ ਬੜੇ ਲੀਡਰ ਕਈ ਪੇਟ ਤੇ ਥਾਪੀ ਮਾਰ ਕੇ ਕਹਿੰਦੇ ਸੀ ਯਾਰ ਤੁਸੀਂ ਬੱਲੇ ਬੱਲੇ ਕਮਾਲ ਕਰ ਦਿਓ ਇਕੱਠੇ ਲੈ ਕੇ ਆਓ ਸਾਡੀ ਰੈਲੀ ਵਧੀਆ ਕਰ ਦਿਓ ਘਰੇ ਜਾਂਦੇ ਜੀ ਸਾਡੀ ਮਾਂ ਪੁੱਛਦੀ ਸੀ ਅੱਜ ਕੀ ਸਿੱਖ ਕੇ ਆਏ ਹੋ ਉਸ ਲੀਡਰ ਫਲਾਣੇ ਦੀ ਰੈਲੀ ਤੇ ਗਏ ਹੋ ਕੀ ਸਿੱਖਿਆ ਕੀ ਦਸੀ ਕੀ ਉਹ ਉਹਨੂੰ ਗਾਣਾ ਕੱਢੀ ਜਾਂਦਾ ਉਹ ਉਹਨੂੰ ਗਾਣਾ ਕੱਢੀ ਜਾਂਦਾ ਜਦੋਂ ਉਹਦੀ ਸਰਕਾਰ ਆਉਂਦੀ ਉਹਤੇ ਪਰਚੇ ਪਾ ਜਾਂਦੇ ਜਦੋਂ ਉਹਦੀ ਸਰਕਾਰ ਆਉਂਦੀ ਉਹਤੇ ਪਰਚੇ ਪਾ ਜਾਂਦੇ ਨੇ ਇਹੀ ਹੁੰਦਾ ਬਿਲਕੁਲ ਨੌਜਵਾਨੀ ਦੀ ਗੱਲ ਕੌਣ ਕਰਦਾ ਅਸੀਂ ਤਾਂ ਯੂਜ਼ ਹੁੰਦੇ ਆਏ ਆ ਬਈ ਇੱਕ ਅੱਧਾ ਕੋਈ ਲੰਡੂ ਜਾਂ ਪਰਚਾ ਪਵਾ ਜਾਂਦੇ ਨੇ 5 ਸਾਲ ਉਹੀ ਕਸਾਉਂਦੇ ਰਹਿੰਦੇ ਨੇ ਨੌਜਵਾਨ ਦੇ ਸਿਰ ਤੇ ਉੱਤੇ ਕਿ ਤੇਰਾ ਪਰਚਾ ਨੇ ਬੜਵਾਇਆ ਸੀਗਾ ਇਹ ਸਹਾਨ ਤੇਰੇ ਉੱਤੇ ਆ ਹੁਣ ਤੂੰ ਸਾਡੀ ਮਦਦ ਕਰ ਦੇ ਮੈਂ ਇਸ ਗੱਲ ਤੇ ਆਉਣਾ ਸੀ ਬਾਈ ਸ੍ਰੀਪ੍ਰੀਤ ਜਦੋਂ ਕਾਲਜ ਹੋਵੇ ਚਾਹੇ ਯੂਨੀਵਰਸਿਟੀ ਹੋਵੇ ਅਕਸਰ ਹੁੰਦਾ ਜਦੋਂ ਚੋਣਾ ਹੁੰਦੀਆਂ ਉਥੇ ਧਾਰਨਾਵਾਂ ਹੁੰਦੀਆਂ ਜਿਵੇਂ ਤੁਸੀਂ ਗੱਲ ਕੀਤੀ ਕਿ ਨੌਜਵਾਨਾਂ ਨੂੰ ਕਿਹਾ ਜਾਂਦਾ ਕਿ ਆਓ ਇਕੱਠ ਕਰਨਾ ਆਪਣਾ ਫਲਾਣਾ ਪ੍ਰੋਗਰਾਮ ਆ ਉਹ ਕਿਤੇ ਨਾ ਕਿਤੇ ਕਲਚਰ ਘਟਿਆ ਕਿਉਂਕਿ ਯੂਨੀਵਰਸਿਟੀਆਂ ਬਹੁਤ ਸਾਰੇ ਕਾਲਜ ਜਿਵੇਂ ਕਈ ਮੈਂ ਨਾਮ ਨਹੀਂ ਲਾਉਂਗਾ ਪੰਜਾਬ ਦੇ ਬਹੁਤੇ ਕਾਲਜ ਇਸ ਕਰਕੇ ਮਸ਼ਹੂਰ ਹੋਏ ਕਿ ਉਥੇ ਬਹੁਤ ਲੜਾਈਆਂ ਹੁੰਦੀਆਂ ਉਥੇ ਜਦੋਂ ਚੋਣਾ ਹੁੰਦੀਆਂ ਉਥੇ ਮਾਹੌਲ ਇਸ ਤ ਉਹ ਕਲਚਰ ਹੁਣ ਫਰਕ ਪਿਆ ਨੌਜਵਾਨ ਉਸ ਤੋਂ ਉਪਰ ਉੱਠਿਆ ਜਿਵੇਂ ਉਹ ਤਰੀਕੇ ਨਾਲ ਸੋਚਦਾ ਜਦੋਂ ਚੋਣਾ ਹੁੰਦੀਆਂ ਤੁਸੀਂ ਤਾਂ ਚੋਣਾ ਚੋਣੇਓ ਦੇਖੋ ਭਾਈ ਨੌਜਵਾਨ ਸਿਆਣਾ ਹੋ ਗਿਆ ਹਮ ਹਰ ਨੌਜਵਾਨ ਨੂੰ ਪਹਿਲਾਂ ਕੀ ਹੁੰਦਾ ਸੀਗਾ ਪਹਿਲਾਂ ਜਦੋਂ ਮਾਪਿਓ ਦਾ ਸਰਦਾ ਸੀਗਾ ਕਿ ਬੱਚੇ ਵੇਲੇ ਰਹਿ ਸਕਦੇ ਆ ਬਿਲਕੁਲ ਉਹ ਸਰਦਾ ਸੀਗਾ ਬੱਚੇ ਵੇਲੇ ਸੀਗੇ ਲੜਾਈਆਂ ਝਗੜਿਆਂ ਚ ਪੈਂਦੇ ਸੀਗੇ ਅੱਜ ਦਾ ਜਿਹੜਾ ਨੌਜਵਾਨ ਹੈ ਨਾ ਭਾਈ ਆ ਸਾਡਾ ਸਰਦਾ ਨਹੀਂ ਆ ਬਿਲਕੁਲ ਅਸੀਂ ਅਖੀਰਲੇ ਕੰਡੇ ਤੇ ਖੜੇ ਆ ਜੇ ਅਸੀਂ 15 16 ਹਜ਼ਾਰ ਦੀ ਵੀ ਨੌਕਰੀ ਨਾ ਕਰੀਏ ਨਾ ਭਾਈ ਸਾਡੇ ਘਰ ਚ ਪਿੱਛੇ ਸਾਨੂੰ ਵਿਵਪਤਾ ਪੈਂਦੀ ਹੈ ਮਾਂ ਕਹਿ ਲੱਗ ਜਾਂਦੀ ਕਿ ਯਾਰ ਤੁਸੀਂ ਕੁਝ ਕਰੋ ਸਮਝਦੇ ਹੋ ਬਾਈ ਉਹ ਬੱਚਾ ਸਿਆਣਾ ਹੋ ਜਾਂਦਾ ਇੱਕ ਸਾਡੀ ਜਨਰੇਸ਼ਨ ਨੇ ਦੇਖ ਬਹੁਤ ਕੁਝ ਲਿਆ ਅਸੀਂ ਜਦੋਂ ਬਾਹਰ ਜਾਂਦੇ ਹਾਂ ਬਾਈ ਸਾਨੂੰ ਕੋਈ 에어ਪੋਰਟ ਤੇ ਲੈਣ ਵਾਲਾ ਨਹੀਂ ਹੁੰਦਾ 에어ਪੋਰਟ ਤੇ ਨਾ ਕੋਈ ਲੈਣ ਵਾਲਾ ਹੋਵੇ ਤੇ ਰੇਂਜ ਰੋਵਰ ਗੱਡੀ ਤੱਕ ਦਾ ਸਫ਼ਰ ਅਸੀਂ ਆਪ ਕਰਦੇ ਹਾਂ ਬਿਲਕੁਲ ਇਹ ਨੌਜਵਾਨੀ ਪੰਜਾਬ ਦੀ ਨੌਜਵਾਨੀ ਹੈ ਉੱਥੇ ਜਾ ਕੇ ਟੋਲਟਾ ਵੀ ਸਾਫ਼ ਕਰੋ ਜੋ ਮਰਜ਼ੀ ਕਰੋ ਪਰ ਅਸੀਂ ਪਿੱਛੇ ਰੋਂਦੇ ਨਹੀਂ ਹਾਂ ਅਸੀਂ ਆਪਣੇ ਮਾਪਿਆਂ ਨੂੰ ਦੱਸ ਕੇ ਜਾਣੇ ਕਿ ਸੀ ਹੱਥੀ ਖਰਚ ਕਰ ਸਕਦੇ ਆ ਤਾਂ ਕਹਿਣ ਦਾ ਭਾਵ ਇਹ ਹੈ ਬਾਈ ਕਿ ਲੜਾਈਆਂ ਝਗੜੇ ਉਦੋਂ ਤੱਕ ਨੇ ਜਦ ਤੱਕ ਤੁਸੀਂ ਵਿਹਲੇ ਹੋ ਲੜਾਈਆਂ ਝਗੜੇ ਤੁਸੀਂ ਕਰੋ ਆਪਣੀ ਜ਼ਰਤ ਦੇ ਦਮ ਤੇ ਆਪਣੇ ਮੁੱਦੇ ਦੇਖੋ ਹੁਣ ਫੋਰ ਐਗਜ਼ਾਮਪਲ ਮੈਂ ਛੋਟੀ ਜਿਹੀ ਗੱਲ ਕਰਦਾ ਕੱਲ ਪਰਸੋਂ ਮੈਂ ਲਾਈਟਾਂ ਤੇ ਖੜਾ ਸੀ ਮੇਰੇ ਨਾਲ ਦਾ ਬੰਦਾ ਮੈਨੂੰ ਘੂਰੀ ਜਾਂਦਾ ਸੀਗਾ ਅੱਛਾ ਠੀਕ ਆ ਉਤਰ ਕੇ ਮੈਂ ਉਹਦੇ ਦੋ ਥੱਪੜ ਮਾਰ ਦਿੰਦਾ ਉਹ ਮੇਰੇ ਦੋ ਥੱਪੜ ਮਾਰ ਦਿੰਦਾ ਸਾਰੀ ਉਮਰ ਤੱਕ ਲੜਾਈ ਜਾਣੀ ਸੀਗੀ ਹੁਣ ਸਾਡੀ ਲੜਾਈ ਤਾਂ ਭਗਵੰਤ ਮਾਨ ਦੇ ਨਾਲ ਮੇਰੀ ਲੜਾਈ ਤਾਂ ਪੰਜਾਬ ਦੇ ਮੁੱਦਿਆਂ ਨਾਲ ਮੇਰੀ ਲੜਾਈ ਤਾਂ ਨੌਜਵਾਨੀ ਨੂੰ ਅੱਗੇ ਕਰਨ ਤੱਕ ਆ ਮੇਰੀ ਲੜਾਈ ਆਮ ਬੰਦੇ ਨਾਲ ਥੋੜੀ ਆ ਜਦ ਪੰਜਾਬ ਦਾ ਨੌਜਵਾਨ ਇਹ ਸੋਚ ਲੂਗਾ ਕਿ ਸਾਡੀ ਲੜਾਈ ਬੇਰੋਜ਼ਗਾਰੀ ਦੇ ਨਾਲ ਆ ਸਾਡੀ ਲੜਾਈ ਨਸ਼ਿਆਂ ਦੇ ਨਾਲ ਆ ਸਾਡੀ ਲੜਾਈ ਸੈਂਟਰ ਦੀ ਸਕੀਮਾਂ ਦੇ ਨਾਲ ਆ ਜਿਹੜੀ ਸਾਨੂੰ ਦਬਾ ਰਹੀ ਆ ਪੰਜਾਬ ਨੂੰ ਸਾਡੀ ਲੜਾਈ ਆਪਸ ਵਿੱਚ ਥੋੜੀ ਆ ਬਾਈ ਸਾਡੀ ਕਿਹੜਾ ਜ਼ਮੀਨ ਸਾਂਝੀ ਆ ਜਾਂ ਫਿਰ ਵਟ ਸਾਂਝੀ ਆ ਕਿ ਕੋ ਮੇਰੀ ਜ਼ਮੀਨ ਲੈ ਜਾਊਗਾ ਅੱਧੇ ਪੰਜਾਬ ਦੀਆਂ ਲੜਾਈਆਂ ਵੈਸੀ ਨੇ ਬਿਲਕੁਲ ਕਿਉਂ ਨਹੀਂ ਮੈਨੂੰ ਕੂਰਤਾ ਉਹਨੇ ਮੈਨੂੰ ਕੂਰਤਾ ਕਿਉਂ ਕਿਉਂਕਿ ਮੋਟਿਵ ਹੈ ਨੀਗਾ ਪਿੱਛੇ ਅੱਜ ਜੇ ਪੰਜਾਬ ਦੇ ਵਿੱਚ ਮੋਟਿਵ ਆ ਜਾਵੇ ਨਾ ਨੌਜਵਾਨਾਂ ਦੇ ਵਿੱਚ ਇੱਕ ਆਸ ਤੇ ਕਿਰਨ ਆ ਜਾਵੇ ਆ ਸੀਗਾ ਆਪਣਾ ਸੰਘਰਸ਼ ਸੀਗਾ ਜਿਹੜਾ ਕਿਸਾਨੀ ਅੰਦੋਲਨ ਨਾਲ ਬਿਲਕੁਲ ਸਾਰਿਆਂ ਦੇ ਦਿਮਾਗ 'ਚ ਇੱਕ ਮੋਟਿਵ ਸੀਗਾ ਕੀ ਯਾਰ ਸਾਡੀ ਜ਼ਮੀਨਾਂ ਖੋਹ ਲੈਣੀ ਹੈ ਪੂਰਾ ਪੰਜਾਬ ਉਹ ਤੇ ਇਕੱਠਾ ਸੀਗਾ ਕਿ ਨਹੀਂ ਇਕੱਠਾ ਸੀਗਾ ਤੁਸੀਂ ਦੱਸੋ ਬਾਈ ਬਿਲਕੁਲ ਹੁਣ ਸ਼ੰਭੂ ਬੈਰੀਅਰ ਤੇ ਸ਼ੁਕਰਨ ਨੂੰ ਗੋਲੀ ਲੱਗੀ ਪੂਰਾ ਪੰਜਾਬ ਤੇ ਹਰਿਆਣਾ ਇਕੱਠਾ ਹੋ ਗਿਆ ਸਿਗਾ ਕਿ ਨਹੀਂ ਸਿਗਾ ਬਿਲਕੁਲ ਨੌਜਵਾਨੀ ਇਕੱਠੀ ਹੁੰਦੀ ਆ ਮੁੱਦੇ ਚਾਹੀਦੇ ਨੇ ਬਾਈ ਇਹ ਲੀਡਰ ਤੁਹਾਨੂੰ ਜਾਣ ਕੇ ਵੱਡੇ ਲੀਡਰ ਮੁੱਦੇ ਨਹੀਂ ਦਿੰਦੇ ਕਿ ਨੌਜਵਾਨ ਇਕੱਠੇ ਹੋ ਕੇ ਇਹਨਾਂ ਦੇ ਸੋਚ ਨਾ ਹੋ ਜਵੇ ਇੱਕ ਸਪਾਰਕ ਦੀ ਲੋੜ ਹੁੰਦੀ ਆ ਸਿਰਫ ਬਿਲਕੁਲ ਤੁਹਾਡੀ ਵਿਚਾਰਤਾ ਰੋਦੋਂ ਤੁਸੀਂ ਸਪਾਰਕ ਦੇ ਸਕਦੇ ਹੋ ਇੱਕ ਮਿੰਟ ਲੱਗਦਾ ਉਹਨਾਂ ਚੰਗਾਰੀ ਬਣਨ ਨੂੰ ਜਦੋਂ ਚੰਗਾਰੀ ਬਣ ਜਾਂਦੀ ਹੈ ਫਿਰ ਆਪਣੇ ਆਪ ਜੋਤ ਜਗ ਜਾਂਦੀ ਹੈ ਜਦੋਂ ادارਿਆਂ ਦੀ ਗੱਲ ਹੁੰਦੀ ਆ ਖਾਸ ਤੌਰ ਤੇ ਉਹ ਸਿੱਖਿਆ ادارਿਆਂ ਦੀ ਜਦੋਂ ਤੁਸੀਂ ਅੱਜ ਤੋਂ 50 60 ਸਾਲ ਪਹਿਲਾਂ ਜਿਹੜੇ ਬਜ਼ੁਰਗ ਪੜੇ ਜਾਂ ਤੁਹਾਡੇ ਚਾਚੇ ਤਾਇਏ ਸੀ ਜੋ ਵੀ ਸੀ ਤੁਹਾਡੇ ਬਾਪੂ ਸੀ ਜਿਹੜੇ ਵੀ ਉਹ ਚੋਂ ਸਿੱਖਿਆ ਪ੍ਰਾਪਤ ਕੀਤੀ ਉਹਨਾਂ ਨੇ ਸਾਰਿਆਂ ਨੇ ਤਕਰੀਬਨ ਤਕਰੀਬਨ ਨੂੰ ਸਰਕਾਰੀ ਸੰਸਥਾਵਾਂ ਤੋਂ ਪ੍ਰਾਪਤ ਕੀਤੀ ਪ੍ਰਾਈਵੇਟ ਕਾਲਜ ਆਏ ਪ੍ਰਾਈਵੇਟ ਯੂਨੀਵਰਸਿਟੀਆਂ ਇੰਨਾ ਬਹੁਤ ਸਾਰੀਆਂ ਤੇ ਜਿਹੜੀ ਜਿਵੇਂ ਆਪਾਂ ਗੱਲ ਪਹਿਲਾਂ ਵੀ ਕੀਤੀ ਕਿ ਸਰਕਾਰੀ ਸਿੱਖਿਆ ਦਾ ਇੱਕ ਤਰ੍ਹਾਂ ਦਾ ਭੋਗ ਪੈਂਦਾ ਜਾ ਰਿਹਾ ਪ੍ਰੋਫੈਸਰਾਂ ਦੀ ਗਿਣਤੀ ਲਗਾਤਾਰ ਘਟ ਰਹੀ ਆ ਪੰਜਾਬ ਦੇ ਕਾਲਜ ਲਗਾਤਾਰ ਬੰਦ ਹੋ ਰਹੇ ਨੇ ਜਦੋਂ ਇਸ ਤਰ੍ਹਾਂ ਦਾ ਹੁੰਦਾ ਹੈ ਮੈਨੂੰ ਮੈਂ ਪਹਿਲਾਂ ਵੀ ਗੱਲ ਕੀਤੀ ਕਿ ਰਾਜਨੀਤੀ ਇਸ ਤਰ੍ਹਾਂ ਦੀ ਹੋ ਗਈ ਹੈ ਵੀ ਉਹ ਗੱਲ ਨਹੀਂ ਕਰਦੇ ਉਹ ਕਹਿੰਦੇ ਠੀਕ ਹੈ ਉਸ ਤਰ੍ਹਾਂ ਦੀ ਰਾਜਨੀਤੀ ਹੋ ਰਹੀ ਹੈ ਜਿਵੇਂ ਇਹਦੀ ਹੋਣੀ ਨਹੀਂ ਚਾਹੀਦੀ ਜਿਵੇਂ ਤੁਸੀਂ ਨੌਜਵਾਨਾਂ ਦੀ ਗੱਲ ਕੀਤੀ ਨੌਜਵਾਨਾਂ ਨੂੰ ਉਸ ਤਰੀਕੇ ਦੇ ਨਾਲ ਸੋਚਣ ਦਾ ਮੌਕਾ ਹੀ ਨਹੀਂ ਦਿੱਤਾ ਜਾਂਦਾ ਨਹੀਂ ਭਾਈ ਇਹ ਜੋ ਤੁਸੀਂ ਗੱਲ ਕਰ ਰਹੇ ਹੋ ਨਾ ਕਿ ਜਿਹੜੇ ਸਰਕਾਰੀ ਧਾਇਰੇ ਨੇ ਇਹਨਾਂ ਦਾ ਭੋਗ ਪੈਂਦਾ ਜਾ ਰਿਹਾ ਇਹ ਭੋਗ ਮੈਂ ਕਹਿੰਦਾ ਅਖੀਰ ਲਈ ਬਸ ਅਰਦਾਸ ਤੱਕ ਹੀ ਖੜਿਆ ਹੋਇਆ ਇਹਨਾਂ ਦਾ ਭੋਗ ਇਹਨਾਂ ਨੇ ਸਰਕਾਰ ਨੇ ਖੁਦ ਪਾਇਆ ਇੱਕ ਰੀਅਪੀਅਰ ਦੀ ਗੱਲ ਕਰਦਾ ਮੈਂ ਛੋਟੀ ਜੀ ਜਿਹੜੇ ਮੇਰੀ ਉਮਰ ਦੇ ਨੌਜਵਾਨ ਹੋਣੇ ਸਾਰੇ ਸਮਝ ਜਾਣਗੇ ਰੀਆ ਫਿਰ ਕੀ ਆ ਬੱਚਾ ਜਦੋਂ ਪੇਪਰ 'ਚ ਫੇਲ ਹੋ ਜਾਂਦਾ ਬਿਲਕੁਲ ਠੀਕ ਆ ਹਰ ਬੰਦਾ ਫੇਲ ਹੁੰਦਾ ਯਾਰ ਜ਼ਿੰਦਗੀ ਦੇ ਵਿੱਚ ਹਮ ਜਿਹੜਾ ਘੋੜਸਵਾਰ ਹੁੰਦਾ ਉਹ ਘੋੜੇ ਤੋਂ ਤਾਂ ਹੀ ਡੱਕਦਾ ਜੇ ਉਹਦੇ 'ਤੇ ਸਵਾਰੀ ਕਰੇ ਬਿਲਕੁਲ ਫਿਰ ਕੀ ਆ ਬਾਈ ਜੇ ਫੇਲ ਹੋ ਜਵੇ ਹਮ ਇੱਕ ਸਬਜੈਕਟ ਦਾ 10000 ਰੁਪਏ ਲੈਂਦਾ ਇੱਕ ਨਿੱਜੀ ਕਾਲਜ ਇੱਕ ਸਬਜੈਕਟ ਦਾ 10000 ਰੁਪਏ ਫੇਲ ਰੀਆ ਪੇਪਰ ਦੁਬਾਰਾ ਪੜ੍ਹਨ ਦਾ ਤੇ ਸਰਕਾਰੀ ਯੂਨੀਵਰਸਿਟੀ 300 ਰੁਪਏ 9700 ਰੁਪਏ ਦਾ ਫਰਕ ਆ ਇੱਕ ਪੇਪਰ ਦਾ ਹੁਣ ਫੀਸ ਤੇ ਆ ਜੋ ਕਿੱਥੇ ਤੁਹਾਡੀ ਬੀਏ 10 ਲੱਖ ਚ ਹੋਣੀ ਹੈ ਕਿੱਥੇ ਤੁਹਾਡੀ ਬੀਏ 60-70 ਹਜ਼ਾਰ ਚ ਹੋ ਜਾਣੀ ਹੈ ਹੂੰ ਹੁਣ ਹੋਸਟਲਾਂ ਦੀ ਗੱਲ ਆਜੋ 50-60 ਹਜ਼ਾਰ ਰੁਪਏ ਹੋਸਟਲ ਦਾ ਰਹਿੰਦੇ ਨੇ ਪ੍ਰਾਈਵੇਟ ਕਾਲਜ ਵਾਲੇ ਬਿਲਕੁਲ 400-500 ਰੁਪਏ ਜਾਂ 1000 ਰੁਪਏ ਫੀਸ ਹੈ ਸਰਕਾਰੀਆਂ ਦੀ ਹੂੰ ਮੈਸ ਦੇ ਖਾਣੇ ਤੇ ਆਜੋ ਕਿੰਨਾ ਮਹਿੰਗਾ ਹੈ ਪ੍ਰਾਈਵੇਟ ਜਦੋਂ ਕਾਲਜਾਂ ਦੇ ਵਿੱਚ ਤੁਸੀਂ ਜਾਣਦੇ ਹੋ ਮੈਸ ਦਾ ਖਾਣਾ ਕਿੰਨਾ ਦਾ ਤੇ ਗੰਧ ਹੁੰਦਾ ਨਾ ਦੇ ਸਰਕਾਰੀ ਦੇ ਵਿੱਚ ਉਹੀ ਰੋਟੀ ਤੁਹਾਨੂੰ 80 90 ਰੁਪਏ ਦੀ ਮਿਲ ਜਾਣੀ ਹੈ ਬਿਲਕੁਲ ਤਾਂ ਇੰਨਾ ਜ਼ਿਆਦਾ ਜਿਹੜਾ ਗੈਪ ਹੈ ਹੁਣ ਸਾਡੀ ਜੇ ਲੜਾਈ ਸੀਗੀ ਐਮਐਸਪੀ ਦੀ ਅਸੀਂ ਲੜ ਰਹੇ ਸੀ ਨਾ ਕਿ ਤੁਸੀਂ ਪ੍ਰਾਈਵੇਟਾਈਜ਼ੇਸ਼ਨ ਵਾੜ ਰਹੇ ਹੋ ਬਿਲਕੁਲ ਕਿ ਸਰਕਾਰੀ ਮੰਡੀਆਂ ਬੰਦ ਕਰ ਰਹੇ ਹੋ ਪ੍ਰਾਈਵੇਟਾਈਜ਼ੇਸ਼ਨ ਵਾੜ ਦੋਗੇ ਸਰਕਾਰੀ ਮੰਡੀ ਬੰਦ ਹੋ ਜਾਊਗੀ ਆਪਣੇ ਫੋਨ ਨੇ ਇਦਾਂ ਹੀ ਇਹਦੇ ਵਿੱਚ ਪ੍ਰਾਈਵੇਟਾਈਜ਼ੇਸ਼ਨ ਆ ਗਈ ਬੀਐਸਐਨਲ ਜ਼ੀਰੋ ਹੋ ਗਿਆ ਬਿਲਕੁਲ ਹੋਇਆ ਹੋ ਗਿਆ ਨਾ ਜਦੋਂ ਕਿਸੇ ਚੀਜ਼ ਤੇ ਤੁਸੀਂ ਨਿਜੀਕਰਨ ਵਾੜ ਦੋਗੇ ਅੰਦਾਨੀਆਂ ਬਾਨੀਆਂ ਨਾਲ ਸਾਡੀ ਕੀ ਲੜਾਈ ਹੈ ਇਹੀ ਲੜਾਈ ਹੈ ਕਿ ਹਰ ਚੀਜ਼ ਨੂੰ ਨਿੱਜੀਕਰਨ ਵੜ ਦਿੰਦੇ ਨੇ ਬਿਲਕੁਲ ਹੁਣ ਪੰਜਾਬ ਦੇ ਦਾਇਰੇ ਦੇ ਵਿੱਚ ਨਿੱਜੀਕਰਨ ਵੜ ਚੁੱਕਿਆ ਯੂਨੀਵਰਸਿਟੀਆਂ ਦੇ ਵਿੱਚ ਬਿਲਕੁਲ ਹਸਪੀਟਲਾਂ ਦੇ ਵਿੱਚ ਪੀਜੀਆਈ ਆਪਾਂ ਕਹਿੰਦੇ ਹਾਂ ਜੇ ਕਿਸੇ ਨੇ ਰੱਬ ਨਹੀਂ ਦੇਖਣਾ ਪੀਜੀਆਈ ਚਲ ਜਾਓ ਉੱਥੇ ਬੰਦੇ ਨੂੰ ਆਪਣੀ ਔਕਾਤ ਯਾਦ ਹੋ ਜਾਂਦੀ ਹੈ ਉਹ ਭਾਵੇਂ ਔਕਾਤ ਤਾਂ ਸਰਕਾਰ ਦੀ ਯਾਦ ਦਿਖਾਉਂਦੀ ਹੈ ਇਹ ਤੁਸੀਂ ਪ੍ਰਾਈਵੇਟ ਹਸਪੀਟਲ ਚਲ ਜਾਓ ਕੋਈ ਉੱਥੇ ਏਸੀ ਲੱਗੇ ਹੋਣੇ ਸਾਰੇ ਕੀ ਏਸੀ ਦਾ ਕਿੰਨਾ ਖਰਚ ਆਊਗਾ ਬਈ ਡੀਐਮਸੀ ਤੁਸੀਂ ਚਲ ਜਾਓ ਉੱਥੇ ਦੇਖੋ ਕਿੰਨਾ ਬੁਰਾ ਹਾਲ ਹੈ ਇਹ ਅਸੀਂ ਆਪ ਲੋਕਾਂ ਨੂੰ ਕਹਿੰਨੇ ਕਿ ਸਰਕਾਰੀ ਜਿਹੜੇ ਦਾਇਰੇ ਨੇ ਪਿੱਟ ਚੁੱਕੇ ਨੇ ਬਾਈ ਹੁਣ ਤੁਸੀਂ ਮੈਨੂੰ ਗੱਲ ਦੱਸੋ ਤੁਹਾਡਾ ਸਾਹ ਘੁੱਟਦਾ ਹੋਵੇ ਸਰਕਾਰੀ ਦਾਇਰਾ ਤੁਹਾਨੂੰ ਸਾਹ ਨਾ ਦੇਵੇ ਪ੍ਰਾਈਵੇਟ ਦੇ ਦੇਵੇ ਤੁਸੀਂ ਕਹੋਗੇ ਯਾਰ ਮੇਰੀ ਜੇਬ ਚਾਹੇ ਖਾਲੀ ਹੋ ਜਾਵੇ ਮੈਂ ਆਪਣਾ ਇਲਾਜ ਤਾਂ ਕਰਾਉਂਗਾ ਕਹਿਣ ਦਾ ਭਾਵਾ ਕਿ ਸਰਕਾਰ ਨੇ ਹੀ ਪ੍ਰਾਈਵੇਟਾਈਜੇਸ਼ਨ ਨੂੰ ਵਾਅਦਾ ਕਰਿਆ ਬਿਲਕੁਲ ਆਪਾਂ ਐਵੇਂ ਹੀ ਪੰਜਾਬ ਦੇ ਵਿੱਚ ਲਾਲਾ ਲਾਲਾ ਕਰੀਆ ਆਈਲੈਂਡਸ ਵਾਲੇ ਨੇ ਕੀ ਸਰਕਾਰ ਸ਼ਾਮ ਤੱਕ ਸਾਰੇ ਆਇਲਟਸ ਬੰਦ ਨਹੀਂ ਕਰ ਸਕਦੇ ਸਕੂਲਾਂ ਚ ਬੱਚਿਆਂ ਦੀ ਤੁਸੀਂ ਇਹ 11ਵੀਂ ਵਾਰ 12ਵੀਂ ਜੇ ਤੁਹਾਡੇ ਨੰਬਰ 90% ਨੰਬਰ ਨੇ ਨਾ ਤੁਹਾਨੂੰ ਆਇਲਟਸ ਕਰਨ ਦੀ ਲੋੜ ਨਹੀਂ ਸਿੱਧਾ ਵੀਜ਼ਾ ਲਾਉਂਦੇ ਥੋੜਾ ਜੀ ਕਿਸੇ ਨੂੰ ਪਤਾ ਹੀ ਨਹੀਂ ਕੀ 12 ਸਾਲ ਤੱਕ ਜਾਂ ਫਿਰ ਜਦੋਂ ਨਰਸਰੀ ਤੋਂ ਲੈ ਕੇ 12ਵੀਂ ਤੱਕ ਬੱਚੇ ਨੂੰ ਇੰਗਲਿਸ਼ ਹੀ ਨਹੀਂ ਆਈ ਇੰਨੇ ਤੁਸੀਂ ਮੂੰਹ ਰੱਖੋ ਹੂੰ ਹੂੰ ਤਾਂ ਕਹਿਣ ਦਾ ਪਾਵੇ ਇਹ ਹੈ ਜਦ ਤੱਕ ਪ੍ਰਾਈਵੇਟਾਈਜੇਸ਼ਨ ਖਤਮ ਨਹੀਂ ਹੁੰਦੀ ਪੰਜਾਬ ਚੋਂ ਉਦੋਂ ਤੱਕ ਪੰਜਾਬ ਤਸਦਾ 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 ਬਹੁਤ ਥੱਲੇ ਤੱਕ ਤਸ ਚੁਕਿਆ ਹੈ ਬਿਲਕੁਲ ਭਾਈ ਇੱਕ ਇਹ ਵੀ ਹੈ ਜਦੋਂ ਮੰਨ ਲਓ ਬਹੁਤ ਸਾਰੇ ਪਰਿਵਾਰ ਆ ਬਹੁਤ ਸਾਰੇ ਪਰਿਵਾਰ ਇਸ ਕੱਲ ਨੂੰ ਦੇਖਦੇ ਨੇ ਵੀ ਸਾਡਾ ਬੱਚਾ ਪੜ੍ਹ ਸਕਦਾ ਭਾਵੇਂ 5 ਲੱਖ ਫੀਸ ਹੋਵੇ ਭਾਵੇਂ 10 ਲੱਖ ਹੋਵੇ ਪਰ ਬਹੁਤ ਸਾਰੇ ਪਿੰਡਾਂ ਦੇ ਹਾਲਾਤ ਇਹ ਨੇ ਭਾਵੇਂ ਉਹ ਮਜ਼ਦੂਰ ਵਰਗ ਹੋਵੇ ਤੇ ਬਹੁਤ ਸਾਰੇ ਅਜਿਹੇ ਪਰਿਵਾਰ ਵੀ ਨੇ ਜਿਹੜੇ ਮਜ਼ਦੂਰਾਂ ਵਰਗੀ ਹਾਲਤ ਹੋਈ ਹੈ ਭਾਵੇਂ ਉਹਨਾਂ ਦੇ ਨਾਮ ਦੇ ਨਾਲ ਕਿਸਾਨੀ ਲੱਗਦੀ ਆ ਉਹਨਾਂ ਲਈ ਤਾਂ ਬਹੁਤ ਚੁਣੌਤੀਆਂ ਨੇ ਕਿਉਂਕਿ ਉਹ ਪ੍ਰਾਈਵੇਟ ਯੂਨੀਵਰਸਿਟੀ ਦਾਖਲਾ ਨਹੀਂ ਲੈ ਸਕਦੇ ਸਰਕਾਰੀ ਅਦਾਰਿਆਂ ਦਾ ਭਾਈ ਉਹ ਪੜ ਹੀ ਨਹੀਂ ਸਕਦੇ ਤੁਸੀਂ ਇਹ ਦੇਖੋ ਨਾ ਕਿ ਉਹ 12ਵੀਂ ਤੋਂ ਬਾਅਦ ਉਹ ਬੰਦਾ ਪੜ੍ਹ ਹੀ ਨਹੀਂ ਸਕਦਾ ਕਿਉਂਕਿ ਕਾਲਜ ਇੰਨੇ ਪੰਜਾਬ ਦੇ ਵਿੱਚ ਹੈ ਹੀ ਨਹੀਂ ਮੈਂ ਉਹੀ बार-बार ਕਹਿ ਰਿਹਾ ਕਿ ਪ੍ਰਾਈਵੇਟਾਈਜੇਸ਼ਨ ਇੰਨੀ ਜ਼ਿਆਦੀ ਹੈ ਬਿਲਕੁਲ ਉਹ ਬੰਦਾ ਜਾਊਗਾ ਕਿੱਥੇ ਦੱਸੋ ਜਦੋਂ ਬੰਦਾ ਵਿਹਲਾ ਹੋ ਜਾਂਦਾ ਜਾਂ ਉਹੀ ਗੱਲ ਹੈ ਨਾ ਬਈ ਨਸ਼ੇ ਕਿਉਂ ਵੱਧ ਰਹੇ ਨੇ 12ਵੀਂ ਤੋਂ ਬਾਅਦ ਬੱਚੇ ਨਸ਼ੇ ਕਰਨ ਲੱਗਦਾ ਬਿਲਕੁਲ ਕਿਉਂਕਿ ਉਹਦੇ ਕੋਲ ਕੋਈ ਕੋਈ ਨਾ ਕੋਈ ਚੀਜ਼ ਨਹੀਂ ਹੈ ਜਿੱਤੇ ਉਹ ਪੜ੍ਹ ਕੇ ਆਪਣੀ ਐਨਰਜੀ ਨੂੰ ਡਾਇਵਰਟ ਕਰ ਸਕਦਾ ਬਿਲਕੁਲ ਕੋਈ ਰਸਤਾ ਨਹੀਂ ਦਿਖਦਾ ਉਹ ਕੋਈ ਰਸਤਾ ਨਹੀਂ ਦਿਖਦਾ ਇੰਨੀ ਜੀ ਗੱਲ ਆ ਸਿਰਫ ਅੱਜ ਜੇ ਪੰਜਾਬ ਦੀਆਂ ਖੇਡਾਂ ਪ੍ਰਮੋਟ ਹੋਣ ਲੱਗ ਜਾਣ ਕਬੱਡੀ ਪ੍ਰਮੋਟ ਹੋਵੇ ਬਿਲਕੁਲ ਪੰਜਾਬ ਦੀ ਹਾਕੀ ਦੇ ਕੋਨ ਸੈਮੀਫਾਈਨਲ ਦੇ ਵਿੱਚ ਗਈ ਹੈ ਬਿਲਕੁਲ ਆਪਾਂ ਜਦੋਂ ਬੰਦਾ ਮੈਡਲ ਲੈ ਆਉਂਦਾ ਉਦੋਂ ਆਪਾਂ ਉਹਨੂੰ ਪੂਜਦੇ ਆਂ ਹਮ ਆਪਾਂ ਕਿੰਨਾ ਜ਼ੋਰ ਲਾਉਂਦੇ ਆਂ ਕਿ ਇਹ ਬੰਦਾ ਮੈਡਲ ਲਿਆ ਸਕਦਾ ਆਪਾਂ ਉਹਨੂੰ ਉਹਤੇ ਕਿੰਨਾ ਪੈਸਾ ਲਾ ਦਿੰਨੇ ਆਂ ਇੱਕ ਪਿਛਲੇ ਦਿਨਾਂ 'ਚ ਅਸੀਂ ਇੰਟਰਵਿਊ ਕੀਤਾ ਇੱਕ ਕੁੜੀ ਦਾ ਤਾਈ ਕਮਾਂਡੋ ਗੇਮ ਦੀ ਉਹ ਬਹੁਤ ਖੜਾਰਨ ਸੀ ਉਹ 골ਡ ਮੈਡਲ ਵੀ ਲੈ ਕੇ ਆਉਂਦੀ ਬਹੁਤ ਸਾਰੇ ਮੈਡਲ ਉਹਦੇ ਕੋਲ ਹੁੰਦੇ ਨੇ ਪਰ ਉਹ ਇੱਕ ਗੱਲ ਆਖਦੀ ਆ ਇਹ ਕਹਿੰਦੀ ਜਿਹੜੀ ਕਿਟ ਪਾ ਕੇ ਮੈਂ ਉਸ ਗਰਾਊਂਡ ਚ ਜਾਨੀ ਆ ਜੇ ਉਹੀ ਕਿਟ ਪਾ ਕੇ ਇੱਕ ਖਿਡਾਰੀ ਨੂੰ ਝੋਨਾ ਲਾਉਣਾ ਪੈ ਜਾਵੇ ਇਸ ਤੋਂ ਵੱਡੀ ਦੁੱਖ ਦੀ ਗੱਲ ਨਹੀਂ ਪੰਜਾਬ ਦੇ ਬਹੁਤੇ ਖਿਡਾਰੀਆਂ ਨਾਲ ਐਵੇਂ ਹੀ ਹੋ ਰਿਹਾ ਬਾਈ ਜੀ ਮੇਰੇ ਕੋਲ ਹੁਣ ਤੁਸੀਂ ਦੱਸੋ ਜਦੋਂ ਤਾਂ ਇਹ ਤਰਨ ਨੂੰ ਨੌਕਰੀ ਦਵਾਈ ਆ ਰੋਜ਼ ਮੇਰੇ ਕੋਲ ਪੰਜ ਫੋਨ ਆਉਂਦੇ ਨੇ ਕੀ ਜੀ ਸਾਡਾ ਵੀ ਕਰੋ ਸਾਡਾ ਵੀ ਕਰੋ ਹੁਣ ਮੈਂ ਕੀ ਕਰਾਂ ਬਾਈ ਮੇਰੇ ਕੋਲ ਦਾਇਰਾ ਹੀ ਉਹਨਾਂ ਦਾ ਬਿਲਕੁਲ ਜੀ ਗੁਰੂ ਮਹਾਰਾਜ ਨੇ ਕਿਰਪਾ ਜੇ ਕੀਤੀ ਕਰਾਂਗੇ ਜ਼ਰੂਰ ਪਰ ਮੇਰੇ ਕੋਲ ਹੁਣ ਦਾਇਰਾ ਹੀ ਹੈ ਉਹਨਾਂ ਦਾ ਬਾਈ ਹੁਣ ਮੈਂ ਕੀ ਕਰਾਂ ਅੱਧੇ ਲੋਕਾਂ ਦੇ ਫੋਨ ਆਉਂਦੇ ਨੇ ਪੰਜਾਬ ਦੇ ਹਲਾ ਪੰਜਾਬ ਦੇ ਮੁੱਦੇ ਹੀ ਇਹ ਨੇ ਪੰਜਾਬ ਪੁਸ਼ਾ ਏਜੰਟ ਤੇ ਬਾਹਰ ਬਹੁਤੇ ਕੇਸ ਇਹ ਹੁੰਦੇ ਨੇ ਕਿ ਕੁੜੀ ਉੱਥੇ ਗਈ ਉਹ ਮੁੰਡੇ ਨੂੰ ਨਹੀਂ ਬੁਲਾ ਰਹੀ ਮੁੰਡਾ ਉੱਥੇ ਗਿਆ ਕੁੜੀ ਨੂੰ ਨਹੀਂ ਬੁਲਾ ਰਿਆ ਬਹੁਤੇ ਹੀ ਸਾਰੇ ਇਹ ਕੇਸ ਨੇ ਹੁਣ ਕਹਿਣ ਦਾ ਭਾਵਾ ਭਾਜੀ ਇਹ ਠੀਕ ਉਦੋਂ ਤੱਕ ਹੋਊਗਾ ਜਦੋਂ ਕੋਈ ਮਰਦ ਦਲੇਰ ਆ ਕੇ ਇੱਥੇ ਕੁਰਸੀ ਤੇ ਪੰਜਾਬ ਨੂੰ ਪੰਜਾਬ ਸੰਭੂਗਾ ਪੰਜਾਬ ਨੂੰ ਦਿੱਲੀ ਮਾਡਲ ਨਹੀਂ ਚਾਹੀਦਾ ਪੰਜਾਬ ਨੂੰ ਪੰਜਾਬ ਦਾ ਹੀ ਮਾਡਲ ਚਾਹੀਦਾ ਇੱਕ ਬਾਈ ਤੁਹਾਨੂੰ ਲੱਗਦਾ ਹੁੰਦਾ ਕਦੇ-ਕਦੇ ਵੀ ਜਿਵੇਂ ਕਾਂਗਰਸ ਸਰਕਾਰ ਆਈ ਤਾਂ ਆਮ ਆਦਮੀ ਪਾਰਟੀ ਨੂੰ ਲਾਂਭੇ ਆਮ ਆਦਮੀ ਪਾਰਟੀ ਆਈ ਕਾਂਗਰਸ ਨੂੰ ਅਕਾਲੀ ਦਲ ਆਇਆ ਦੂਜੀਆਂ ਪਾਰਟੀਆਂ ਨੂੰ ਮੈਨੂੰ ਲੱਗਦਾ ਲਾਂਭਿਆਂ ਨੂੰ ਛੱਡ ਕੇ ਕਿਤੇ ਨਾ ਕਿਤੇ ਲੀਡਰਾਂ ਨੂੰ ਇੱਕ ਸੁਰਤਾ ਹੋਣਾ ਪੈਣਾ ਹੈ ਕਿ ਆਓ ਪੰਜਾਬ ਦੇ ਮਸਲੇ ਹੱਲ ਕਰ ਲਈਏ ਸਰਕਾਰਾਂ ਤਾਂ ਬਦਲਦੀਆਂ ਰਹੀਆਂ ਤੁਸੀਂ ਬਹੁਤ ਵਧੀਆ ਗੱਲ ਕਰੀ ਕਿ ਸਰਕਾਰਾਂ ਬਦਲਦੀਆਂ ਲਾਂਭੇ ਮਿਲਦੇ ਰਹਿੰਦੇ ਨੇ ਆਮ ਆਦਮੀ ਪਾਰਟੀ 'ਚ ਕਾਂਗਰਸ ਤੋਂ ਵੀ ਬੰਦੇ ਗਏ ਹੋਏ ਨੇ ਹਾਂ ਬਹੁਤੇ ਲੀਡਰ ਹੁੰਦੇ ਨੇ ਐਵੇਂ ਹੁੰਦਾ ਬਹੁਤੀਆਂ ਪਾਰਟੀਆਂ ਇਧਰੋਂ ਉਧਰੋਂ ਦੇ ਚਾਰ ਧਾਰਾ ਕੀ ਆ ਮੈਨੂੰ ਦੱਸੋ ਇਹਨਾਂ ਚੋਂ ਕਿਹੜਾ ਬਲੀਡਰ ਇਹ ਜਿਹੇ ਹੁਣ ਸਾ ਅਸੀਂ ਸ਼ੁਰੂ ਤੋਂ ਸ਼ੁਰੂ ਕੀਤਾ 26 27 ਸਾਲ ਮੇਰੀ ਉਮਰ ਆ ਹੁਣ ਮੇਰੀ ਵਿਚਾਰਧਾਰਾ ਤਾਂ ਹੈ ਨਾ ਮੇਰੀ ਭਰ ਜਵਾਨੀ ਦੇ ਵਿੱਚ ਵੀ ਮੈਨੂੰ ਪਤਾ ਮੈਂ ਕਿਹੜੀ ਚੀਜ਼ ਬੋਲਣੀ ਹੈ ਕੀ ਕਰਨਾ ਕੀ ਨਹੀਂ ਅਸੀਂ ਆਪਣੇ ਆਪ ਨੂੰ ਸਾਦਾ ਆਰਗਾ ਜੀਵਨ ਬਣਾਇਆ ਹੋਇਆ ਕਿੰਨੇ ਲਿਆ ਮੈਨ ਦਿਖਾਓ ਕਿਹੜਾ ਲੀਡਰ ਇਹ ਜਿਹੜਾ ਕਹੂਗਾ ਹਾਂ ਕਿ ਮੈਂ 27 28 ਸਾਲ ਦੀ ਉਮਰ ਦੇ ਵਿੱਚ ਮੈਂ ਪਬਲਿਕ ਡੋਮੇਨ ਦੇ ਵਿੱਚ ਆ ਕੇ ਰਾਜੀ ਹਾਂ ਸਾਡੀ ਤਾਂ ਜ਼ਿੰਦਗੀ ਪੂਰੀ ਖੁੱਲੀ ਕਿਤਾਬ ਬਣ ਇਹਨਾਂ ਦੀ ਕੋਈ ਵਿਚਾਰਧਾਰਾ ਨਹੀਂ ਤਾਂ ਇੱਕ ਦੂਜੇ ਦੇ ਭੰਡ ਦੇ ਨੇ ਗਰਨਾਨਕ ਦੇਵ ਜੀ ਨੇ ਕਦੇ ਵੀ ਖੇਤੀ ਨੂੰ ਕਾਰੋਬਾਰ ਨਹੀਂ ਕਿਹਾ ਬਿਲਕੁਲ ਕਿਹਾ ਬਿਲਕੁਲ ਨਹੀਂ ਅੱਜ ਤੱਕ ਕਦੇ ਵੀ ਕੋਈ ਬੰਦਾ ਕਹਿ ਦੇਵੇ ਕਿ ਮੈਂ ਖੇਤੀ ਕਰਦਾ ਕਿ ਤੇ ਮੈਂ ਕਾਰੋਬਾਰ ਕਰਦਾ ਕਦੇ ਵੀ ਨਹੀਂ ਕਿਹਾ ਹੂੰ ਰਾਜਨੀਤੀ ਇਹਨਾਂ ਨੇ ਕਾਰੋਬਾਰ ਬਣਾ ਲਈ ਬਿਲਕੁਲ ਜਦੋਂ ਬੰਦਾ ਕਾਰੋਬਾਰ 'ਚ ਪੈ ਜਾਂਦਾ ਬੰਦੇ ਨੂੰ 100 ਝੂਠ ਬੋਲਣੇ ਪੈਂਦੇ ਆ ਹੂੰ ਬਿਜ਼ਨਸ ਐਵੇਂ ਦੀ ਚੀਜ਼ ਆ ਇਹ ਰਾਜਨੀਤੀ ਬਿਜ਼ਨਸ ਬਣਾ ਲਈ ਹੂੰ ਹੂੰ ਜਦੋਂ ਤੁਸੀਂ ਰਾਜਨੀਤੀ ਨੂੰ ਬਿਜ਼ਨਸ ਬਣਾ ਲਓਗੇ ਉਦੋਂ ਫਿਰ ਤੁਸੀਂ ਇਹਨੂੰ ਬਿਜ਼ਨਸ ਵਾਂਗ ਫਿਰ ਤੁਸੀਂ ਵਪਾਰੀ ਬਣ ਗਏ ਹੋ ਫਿਰ ਤੁਸੀਂ ਸੌਦੇਬਾਜ਼ੀਆਂ ਕਰੋਗੇ ਬਿਲਕੁਲ ਤੁਸੀਂ ਆਪਣੇ ਊਸੂਲਾਂ ਦੇ ਨਾਲ ਸੌਦੇਬਾਜ਼ੀਆਂ ਕਰੋਗੇ ਅਸੀਂ ਜੇ ਪੋਲਿਟਿਕਸ ਦੇ ਵਿੱਚ ਆਏ ਆ ਬਾਈ ਸਸ ਅਸੀਂ ਦੁੱਖ ਦਰਦ ਦੇਖ ਕੇ ਆਏ ਆ ਅਸੀਂ ਮੋਢਿਆਂ ਦੇ ਲਾਸ਼ਾਂ ਚੱਕੀਆਂ ਨੇ 18 18 ਸਾਲਾਂ ਦੇ ਜਵਾਕਾਂ ਦੀਆਂ ਜਿਹੜੇ ਨਸ਼ਿਆਂ ਦੇ ਵਿੱਚ ਡੁੱਬ ਗਏ ਸੀਗੇ ਅਸੀਂ ਉਹ ਚੀਜ਼ਾਂ ਦੇਖੀਆਂ ਨੇ ਜਿਹੜੀਆਂ ਸਾਡੀ ਜ਼ਿੰਦਗੀ 'ਚ ਸਾਡਾ ਮਤਲਬ ਫਲਿੱਪ ਹੋ ਗਿਆ ਕੰਮ ਮੇਰਾ ਕੋਈ ਪਰਿਵਾਰ ਚ ਰਾਜਨੀਤੀ 'ਚ ਨਹੀਂ ਆਇਆ ਮੇਰਾ ਕੋਈ ਇਹ ਨਹੀਂ ਕਿ ਮੈਂ ਕੋਈ ਰਾਜ ਘਰਾਨੇ 'ਚੋਂ ਆਇਆ ਜਾਂ ਫਿਰ ਮਤਲਬ ਮੇਰਾ ਕੋਈ ਪਿੱਛੇ ਇਤਿਹਾਸ ਆ ਬਹੁਤ ਵੱਡਾ ਆਮ ਪਰਿਵਾਰ ਚੋਟ ਕੇ ਮੇਰੇ ਫਾਦਰ ਨੇ ਵੀ ਮਿਹਨਤ ਕੀਤੀ ਅੱਜ ਅਸੀਂ ਇਸ ਕੀਤੇ ਤੱਕ ਅਸੀਂ ਵੀ ਮਿਹਨਤ ਕਰ ਰਹੇ ਹਾਂ ਜੀ ਕਹਿਣ ਦਾ ਭਾਵ ਭਾਈ ਇਹ ਹੈ ਕਿ ਸਾਡੇ ਕੋਲ ਵਿਚਾਰਤਾ ਰਾਇਆ ਸਾਡੇ ਕੋਲ ਉਹ ਹਾਲਾਤ ਨੇ ਜਿਨ੍ਹਾਂ ਨੇ ਸਾਡਾ ਦਿਮਾਗ ਬਦਲਤਾ ਹਮ ਅੱਜ ਕੱਲ ਤਾਂ ਅਸੀਂ ਸਾਰਿਆਂ ਨੂੰ ਸੁਣੋ ਮੈਂ ਤੁਹਾਨੂੰ ਗੱਲ ਦੱਸਦਾ ਗੁਰਦੁਆਰੇ ਦੇ ਵਿੱਚ ਮੁੰਡੇ ਦੀ ਮੌਤ ਹੋਈ ਸੀਗੀ ਚਿੱਟਾ ਨਾਲ 18 17 18 ਸਾਲ ਦਾ ਮੁੰਡਾ ਸੀਗਾ ਕਾਂਗਰਸ ਅਕਾਲੀ ਦਲ ਦੀ ਉਦੋਂ ਸਰਕਾਰ ਸੀ ਮੈਂ ਉਦੋਂ ਅਸੀਂ ਇੰਨੇ ਐਕਟਿਵ ਨਹੀਂ ਸੀ ਨਾ ਕਾਂਗਰਸ ਸੀ ਨਾ ਅਕਾਲੀ ਦਲ ਸੀ ਸੁਖਬੀਰ ਬਾਦਲ ਤੱਕ ਅਸੀਂ ਮਿਲੇ ਜੀ ਕੈਪਟਨ ਅਮਨਿੰਦਰ ਤੱਕ ਅਸੀਂ ਮਿਲਣ ਦੀ ਕੋਸ਼ਿਸ਼ ਕੀਤੀ ਜੀ ਸਾਨੂੰ ਦਵਾਓ ਸਾਡੇ ਦੋਸਤ ਹੀ ਮੌਤ ਹੋ ਗਈ ਹੂੰ ਕਿਨੇ ਕੀ ਕਰਿਆ ਬਈ ਫਿਰ ਸਾਨੂੰ ਲੱਗਿਆ ਕਿ ਯਾਰ ਜੀ ਇਹ ਨਹੀਂ ਕਰਦੇ ਫਿਰ ਤੁਹਾਡੇ ਕਿਹੜਾ ਚੂੜੀਆਂ ਪਾਈਆਂ ਹੱਥਾਂ ਦੇ ਵਿੱਚ ਤੁਸੀਂ ਆਓ ਤੁਸੀਂ ਕਰੋ ਕੁਝ ਤਾਂ ਕਹਿਣ ਦਾ ਭਾਵ ਬਾਈ ਇਹ ਹੈ ਇਹ ਹਾਲਾਤ ਬਦਲਦੇ ਨੇ ਬੰਦੇ ਨੂੰ ਨੌਜਵਾਨਾਂ ਨੂੰ ਹਾਲਾਤ ਬਦਲਣਗੇ ਜੇ ਨੌਜਵਾਨਾਂ ਨੂੰ ਪਤਾ ਹੈ ਨਾ ਕਿ ਯਾਰ 18 19 20 ਲੱਖ ਰੁਪਏ ਲਾ ਕੇ ਮੇਰਾ ਬਾਪ ਜ਼ਮੀਨ ਵੇਚ ਰਿਹਾ ਕਾਮ ਇਹਨੂੰ ਕੁਝ ਕਰਕੇ ਇਹਨੂੰ ਲੋਟ ਕਰਨਾ ਪੈਣਾ ਸਹੀ ਕਰਨਾ ਪੈਣਾ ਉਹਨੂੰ ਸਿਆਸਤ 'ਚ ਆਉਣਾ ਚਾਹੀਦਾ ਇੱਕ ਇਹ ਵੀ ਆ ਬਈ ਸਰਵ੍ਰੀਤ ਜਦੋਂ ਗੱਲ ਲੀਡਰਾਂ ਦੀ ਕਰਦੇ ਆ ਕਹਿੰਦੇ ਜਦੋਂ ਇੱਕ ਲੀਡਰ ਸਟੇਟਮੈਂਟ ਦੇ ਰਿਹਾ ਹੁੰਦਾ ਪਿੰਡ ਦਾ ਇਕੱਠ ਹੋਇਆ ਸ਼ਹਿਰ ਦਾ ਇਕੱਠ ਹੋਇਆ ਕਿਸੇ ਮੁਹੱਲੇ ਦਾ ਇਕੱਠ ਹੈ ਉਹ ਕਹਿੰਦਾ ਜੀ ਤੁਹਾਡੇ ਨਾਲ ਆ ਵਾਹ ਦੇ ਕਰਕੇ ਚੱਲ ਰਿਹਾ ਤੇ ਇਹ ਗੱਲਾਂ ਕਰਾਂਗੇ ਲੋਕੀ 2 ਮਿੰਟ ਸੁਣਦੇ ਨੇ 3 ਜਿਹੇ ਮਿੰਟ ਚ ਉਹ ਕਹਿੰਦੇ ਯਾਰ ਲੀਡਰਾਂ ਦਾ ਕਾਹਦਾ ਯਕੀਨ ਹੈ ਇਸ ਤਰ੍ਹਾਂ ਦੀ ਸਥਿਤੀ ਪੋਲਿਟਿਕਸ ਪੰਜਾਬ ਦੀ 'ਚ ਨਹੀਂ ਪੂਰੇ ਦੇਸ਼ ਦੀ ਪੋਲਿਟਿਕਸ 'ਚ ਐਵੇਂ ਆ ਭਰੋਸਾ ਜਿਹੜਾ ਹੈਗਾ ਉਹ ਲੀਡਰਾਂ ਤੋਂ ਕਿਤੇ ਨਾ ਕਿਤੇ ਦੂਰ ਗਿਆ ਲੋਕ ਇਸ ਤਰ੍ਹਾਂ ਸਮਝਦੇ ਨੇ ਕਿ ਤਾਂ ਵੋਟਾਂ ਵੇਲੇ ਗੱਲਾਂ ਹੁੰਦੀਆਂ ਕਰਨਾ ਕਰਾਉਣਾ ਕਿਸੇ ਨੇ ਕੀਤਾ ਨਹੀਂ ਬਈ ਤਾਂ ਇਹਦਾ ਕਹਿੰਦਾ ਮਰਦ ਚਾਹੀਦੇ ਨੇ ਜਿਹੜੇ ਜ਼ਬਾਨ ਦੇ ਪੱਕੇ ਹੋਣ ਜਿਹੜੇ ਇੱਕ ਪੱਥਰ ਤੇ ਲੀਕ ਮਾਰ ਦਿਆ ਕਰਨ ਸਾਡੇ ਬੋਲ ਫਰਦਾਂ ਰਗੇ ਨੇ ਬਸ ਇਸ ਤੋਂ ਬਾਅਦ ਗੱਲ ਖਤਮ ਕਰ ਦਿਆ ਕਰਨ ਲੀਡਰ ਲੀਡਰ ਨੇ ਆਪਣਾ ਵਿਸ਼ਵਾਸ ਆਪ ਹੀ ਚੱਕਿਆ ਹੈ 도ਗਲੇ ਨੇ ਲੀਡਰ ਮੈਂ ਤੁਹਾਨੂੰ ਆਪ ਕਹੀ ਜਾਂਦਾ ਕਾਂਗਰਸ ਦੇ ਵੀ 도ਗਲੇ ਨੇ ਆਮ ਆਦਮੀ ਪਾਰਟੀ ਦੇ ਵੀ 도ਗਲੇ ਨੇ ਅਕਾਲੀ ਦਲ ਦੇ ਵੀ ਲੀਡਰ 도ਗਲੇ ਨੇ ਸਾਰੇ ਹੀ ਨਹੀਂ ਜਿਹੜੇ ਸੱਤਾ ਹਟਾਉਣੀ ਚਾਹੁੰਦੇ ਨੇ ਜਿਹੜੇ ਬਿਜ਼ਨਸਮੈਨ ਨੇ ਜਿਹੜੇ ਪਾਰਟੀਆਂ ਛੱਡ ਕੇ ਇੱਕ ਦੂਜੇ ਵੱਲ ਜਾਈ ਜਾਂਦੇ ਨੇ ਜਿਹੜੇ ਆਉਣ ਵਾਲੇ ਭਵਿੱਖ ਦਾ ਸੋਚਦੇ ਨਹੀਂ ਇੱਕ ਮਿੰਟ ਪਹਿਲਾਂ ਕਿਸੇ ਪਾਰਟੀ 'ਚ ਹੁੰਦੇ ਨੇ ਦੂਜੇ ਮਿੰਟ ਉਹ ਕਹਿੰਦੇ ਜੀ ਇਹ ਪਾਰਟੀ ਬੜੀ ਮਾੜੀ ਸੀ ਤੇ ਮੈਨੂੰ ਦਮ ਘੁੱਟਦਾ ਸੀ ਦਮ ਘੁੱਟਣ ਵਾਲਾ ਸ਼ਬਦ ਬੜਾ ਕਮਾਲ ਵਾਲਾ ਪਾਰਟੀ ਨੂੰ ਮੇਰੇ ਖਿਆਲ ਨਾਲ ਦੇਖਣਾ ਹੀ ਨਹੀਂ ਚਾਹੀਦਾ ਹੁਣ ਦੀ ਅੱਜ ਦੀ ਜੇ ਵੀ ਤੁਸੀਂ ਮੇਰੀ ਨਿੱਜੀ رائے ਲਓ ਜੀ ਤੁਹਾਨੂੰ ਬੰਦੇ ਪਛਾਣਨੇ ਪੈਣੇ ਆ ਕਿਹੜਾ ਬੰਦਾ ਸਾਡੀ ਆਵਾਜ਼ ਚੱਕ ਸਕਦਾ ਕਿਹੜਾ ਬੰਦਾ ਸਾਡਾ ਮੁੱਦਾ ਕਿੱਥੇ ਤੱਕ ਲੈ ਕੇ ਜਾ ਸਕਦਾ ਬਿਲਕੁਲ ਪੰਜਾਬ ਦਾ ਕੋਈ ਇਹ ਜਿਹਾ ਮਤਲਬ ਲਾ ਲੋ ਜਾਂ ਫਿਰ ਚੰਡੀਗੜ੍ਹ ਦਾ ਕੋਈ ਇਹ ਜਿਹਾ ਥਾਣਾ ਨਹੀਂ ਹੋਊਗਾ ਜਿੱਥੇ ਸਾਨੂੰ ਕੋਈ ਸੀਟਕ ਨਾ ਲੈ ਗਏ ਹੂੰ ਬਹੁਤ ਵਾਰੀ ਹੁੰਦਾ ਹੈ ਵੀ ਇਸਰਪ੍ਰੀਤ ਗ੍ਰਿਫਤਾ ਮੇਰੀ ਮਾਂ ਮੈਨੂੰ ਗਾਲਾਂ ਕੱਢਦੀ ਹੈ ਤੇਰੀ ਕਮੀਜ਼ਾਂ ਹੀ ਮੁੱਕ ਗਿਆ ਪਾੜ ਦਿੰਦੇ ਨੇ ਅੱਛਾ ਖੱਬਾ ਪਾੜਦੇ ਨੇ ਕਮੀਜ਼ ਵਾੜ ਦਿੰਦੇ ਨੇ ਜੀ ਪਰ ਉਹ ਚੱਕਰ ਆ ਉਹਨੂੰ ਮੇਰੀ ਮਾਂ ਨੂੰ ਮੇਰੇ ਪਿਓ ਨੂੰ ਐਸੀ ਗੱਲ ਤੇ ਖੁਸ਼ੀ ਹੈ ਕਿ ਹੱਕਾਂ ਵਾਸਤੇ ਲੜ ਰਿਹਾ ਬਿਲਕੁਲ ਕੋਈ ਨਾ ਕੋਈ ਤਾਂ ਲੜ ਰਿਹਾ ਹੱਕਾਂ ਵਾਸਤੇ ਕੋਈ ਨਾ ਕੋਈ ਤਾਂ ਨੌਜਵਾਨੀ ਦੀ ਗੱਲ ਚੱਕ ਰਿਹਾ ਤੁਹਾਡੇ ਮਾਪੇ ਇਸ ਗੱਲ ਤੋਂ ਖੁਸ਼ ਹੁੰਦੇ ਨੇ ਕਿ ਚਲੋ ਕਿਸੇ ਵੀ ਗੱਲ 'ਚ ਹੋਵੇ ਸੰਘਰਸ਼ ਕਰ ਰਹੇ ਨੇ ਪਰ ਬਹੁਤੇ ਮਾਪੇ ਦਾ ਵੀ ਹਾਲਾਤ ਆ ਉਹਨਾਂ ਦਾ ਬੱਚਾ ਆਉਂਦਾ ਨਸ਼ੇ ਦੇ ਨਾਲ ਉਹ ਟੰਨ ਹੁੰਦਾ ਤੇ ਆਦੀ ਮਾਂ ਨੂੰ ਵੀ ਗਾਲ ਕੱਢ ਰਿਆ ਹੁੰਦਾ ਉਹਦੇ ਬਾਪ ਨੂੰ ਵੀ ਤੇ ਆਦੀਆਂ ਭੈਣਾਂ ਨੂੰ ਵੀ ਇਸ ਤਰ੍ਹਾਂ ਦੇ ਹਾਲਾਤ ਜਿੰਦਗੀ ਦੇ ਹਾਲਾਤ ਨੇ ਕਿਉਂ ਬਣਾਏਗੇ ਉਹੀ ਅਖੀਰ 'ਚ ਬੂਟਾ ਕਿਉਂ ਲਾਉਨੇ ਹੋ ਤੁਸੀਂ ਬੂਟਾ ਜਦੋਂ ਤੁਸੀਂ ਬੇਰੋਜ਼ਗਾਰੀ ਦਾ ਲਾਤ ਆ ਫਿਰ ਤੁਹਾਨੂੰ ਫਲ ਵੀ ਉਹੀ ਮਿਲਣਾ ਬਿਲਕੁਲ ਮੇਰੇ ਤਾਂ ਕੋਈ ਨੌਕਰੀ ਨਹੀਂ ਲੱਗਿਆ ਮੈਂ ਤਾਂ ਕੋਈ ਨੌਕਰੀ ਨਹੀਂ ਹੈਗਾ ਮੈਂ ਆਪਣੇ ਮਾਪਿਆਂ ਦੀ ਪੈਸੇ ਹੀ ਖਾਨਾ ਬਿਲਕੁਲ ਪਰ ਮੇਰੀ ਮਾਂ ਨੇ ਇੱਕ ਗੱਲ ਦੱਸੀ ਹੋਈ ਹੈ ਕਿ ਭਾਈ ਤੂੰ ਚਾਹੇ ਸਾਨੂੰ ਜੋ ਮਰਜ਼ੀ ਕਰਕੇ ਤੂੰ ਨੌਕਰੀ ਨਾ ਲੱਗੀ ਪਰ ਤੂੰ ਹੋਰਾਂ ਦਾ ਨੌਕਰੀ ਭਵਿੱਖ ਸਹਾਰ ਦੇ ਅਸੀਂ ਤੇਰੇ ਨਾਲ ਬਹੁਤ ਖੁਸ਼ ਆਂ ਕਿ ਤੂੰ ਬਾਜ਼ਤਾ ਚੱਕਦਾ ਕਿੰਨੇ ਦਬੇ ਹੋਿਆਂ ਦੀ ਅਸੀਂ ਬਾਜ਼ ਚੱਕੀ ਆ ਬਈ ਅੱਜ ਕੱਲ ਤਾਂ ਬਈ ਚਰਚਾ ਇਹ ਵੀ ਮਾਪੇ ਕਰਦਾ ਕਿ ਜੇ ਤੁਹਾਡਾ ਪੁੱਤ ਧੀ ਨਸ਼ੇ ਤੋਂ ਬਚ ਗਿਆ ਸਭ ਤੋਂ ਵੱਡੀ ਪ੍ਰਾਪਤੀ ਨਸ਼ੇ ਤੋਂ ਨਹੀਂ ਅੱਜ ਕੱਲ ਦਾ दारू ਨਸ਼ਾ ਹੀ ਨਹੀਂ ਮੰਨਦੇ ਲੋਕ ਹਾਂ ਬਿਲਕੁਲ ਉਹ ਕਹਿੰਦੇ ਤੇਰਾ ਮੁੰਡਾ ਚਿੱਟਾ ਤਾਂ ਨਹੀਂ ਲਾਉਂਦਾ अच्छा ਨਹੀਂ ਲਾਉਂਦਾ ਚੱਲ ਸ਼ੁਕਰ ਹੈ ਪੰਜਾਬ ਦੇ ਹਾਲਾਤ ਅਸੀਂ दारू ਨੂੰ ਹੀ ਇੰਨਾ ਪ੍ਰੋਮੋਟ ਕਰਤਾ ਬਿਲਕੁਲ ਸਾਡੇ ਗੁਰੂ ਸਾਹਿਬ ਦਾ ਘੋੜਾ ਤੰਬਾਕੂ ਦੇ ਵਿੱਚ ਨਹੀਂ ਵੜਿਆ ਸੀਗਾ ਹਮ ਤੇ ਅੱਜ ਪੰਜਾਬ ਦੇ ਮੁੰਡੇ ਸਿਗਟਾਂ ਪੀਂਦੇ ਫਿਰਦੇ ਨੇ ਮੁੰਡਿਆਂ ਦੀ ਗਲਤੀ ਨਹੀਂ ਹੈ ਬਾਈ ਅਸੀਂ ਉਹਨਾਂ ਨੂੰ ਰਾਹ ਨਹੀਂ ਦੇ पाए ਸਾਡਾ ਇਤਿਹਾਸ ਕਿੰਨਾ ਪੁਰਾਣਾ ਬਾਈ ਦੱਸੋ ਸਿੱਖ ਧਰਮ ਜਾਂ ਫਿਰ Hindu ਧਰਮ ਪੰਜਾਬ ਦੀ ਧਰਤੀ ਕਿੰਨੀ ਕੁ ਪੁਰਾਣੀ ਆ ਪਰ ਅਸੀਂ ਆਪਣੇ ਬੱਚਿਆਂ ਨੂੰ ਦੱਸ ਹੀ ਨਹੀਂ ਸਕੇ ਅਸੀਂ ਕੀ ਕਹੀਗੇ ਕਿ ਜੇ ਤੁਹਾਡੇ ਸਿਰ ਤੇ ਪੱਗ ਨਹੀਂ ਹੈਗੀ ਤੁਹਾਡੇ ਦਾੜੀ ਨਹੀਂ ਹੈਗੀ ਤੁਸੀਂ ਤਾਂ ਸਾਡੇ ਧਰਮ ਦੇ ਹੋ ਹੀ ਨਹੀਂ ਹੂੰ ਕਿਉਂ ਟੋਡਰਮਲ ਕੌਣ ਸੀਗੇ ਸਾਡੇ ਸਿੱਖ ਇਤਿਹਾਸ ਦੇ ਵਿੱਚ ਇੰਨੇ ਤਕੜੇ ਤਕੜੇ ਬੰਦੇ ਸੀ ਗੁਰੂ ਸਾਹਿਬ ਨੇ ਆਪਣੇ ਹਿੱਕ ਦੇ ਨਾਲ ਲਾਏ ਹੋਏ ਸੀਗੇ ਬਿਲਕੁਲ ਤੁਸੀਂ ਪਹਿਲਾਂ ਦੱਸੋ ਕਿ ਜੇ ਤੁਸੀਂ ਸੱਚੇ ਦਿਲੋਂ ਚੱਲੋਗੇ ਜੇ ਤੁਸੀਂ ਕਿਸੇ ਨੂੰ ਦੁੱਖ ਨਹੀਂ ਪਹੁੰਚਾਉਂਗੇ ਜੇ ਤੁਸੀਂ ਆਪਣਾ ਮਨ ਸਾਫ਼ ਰੱਖੋਗੇ ਤਾਂ ਤੁਸੀਂ ਸੱਚੇ ਪੰਜਾਬੀ ਹੋ ਬਿਲਕੁਲ ਸਾਡੇ ਗੁਰੂ ਨੇ ਗੁਰੂ ਤੇ ਦਾਦਾ ਜੀ ਗੁਰ ਤੇਗ ਬਹਾਦਰ ਜੀ ਨੇ ਹਿੰਦੂ ਧਰਮ ਪਿੱਛੇ ਜਾਣ ਦਿੱਤੀ ਸੀਗੀ ਤਾਂ ਤੁਸੀਂ ਮੈਨੂੰ ਉਦੋਂ ਦੱਸੋ ਉਦੋਂ ਸਿੱਖ ਧਰਮ ਸੀਗਾ ਫਲਸਫਾ ਸੀਗਾ ਇੱਕ ਜ਼ਰਤ ਸੀਗੀ ਇੱਕ ਕਿ ਦੂਜੇ ਨਾਲ ਤੱਕਾ ਨਹੀਂ ਹੋਣ ਦੇਣਾ ਬਾਈ ਜਦੋਂ ਮੁੱਦਿਆਂ ਦੀ ਗੱਲ ਤੁਸੀਂ ਕਿਹਾ ਵੀ ਮੇਰੇ ਕੋਲੇ ਹਲੇ ਪਾਵਰ ਨਹੀਂ ਚੋਣ ਲੜਨ ਦਾ ਮਨ ਹੈ ਫਿਰ ਆਹ ਪੱਕਾ ਹੈ ਬਾਈ 10000% 2027 ਚ 10000% ਚੋਣ ਲੜਾਂਗੇ ਪ੍ਰਮਾਤਮਾ ਦੀ ਕਿਰਪਾ ਹੋਊਗੀ ਮਹਾਰਾਜ ਸਰਤੇ ਹੱਥ ਰੱਖਣ ਜੇ ਮਹਾਰਾਜ ਨੇ ਇੱਥੇ ਤੱਕ ਪਹੁੰਚਾਇਆ ਕਿ ਇੱਕ ਵਿਦਿਆਰਥੀ ਜਥੇਬੰਦੀ ਅੱਜ ਮੈਂ ਖੁਸ਼ਕਿਸਮਤ ਹਾਂ ਕਿ ਤੁਹਾਡੇ ਵਰਗੇ ਚੈਨਲ ਮੇ ਸਾਡਾ ਇੰਟਰਵਿਊ ਲੈਣ ਆ ਰਹੇ ਨੇ ਜੀ ਤਾਂ ਤੁਸੀਂ ਦੇਖੋ ਇਹ ਪਰਮਾਤਮਾ ਦੀ ਕਿਰਪਾ ਹੀ ਕਹੂੰਗਾ ਮੈਂ ਕਿ ਮੁੱਖ ਮੰਤਰੀ ਤੱਕ ਸਾਡੀ ਗੱਲ ਸੁਣ ਰਿਹਾ ਬਿਲਕੁਲ ਕਦੇ ਪਾਰਟੀ ਨਾਲ ਗੱਲਬਾਤ ਹੋਈ ਵੀ ਇੱਧਰ ਵੀ ਧਿਆਨ ਰੱਖਿਓ ਥੋੜਾ ਜਿਹਾ ਕਿਉਂਕਿ ਟਿਕਟਾਂ ਦਾ ਬਹੁਤ ਰੌਲਾ ਪੈਂਦਾ ਨਾ ਟਿਕਟਾਂ ਵਾਸਤੇ ਕਈ ਕਿਹੜੇ ਦਿੱਲੀ ਲੋਣੇ ਪੈ ਜਾਂਦੇ ਨੇ ਉਹ ਵੀ ਚੱਕਰ ਪੈਂਦਾ ਵੱਡੇ ਲੀਡਰਾਂ ਦਾ ਪੰਜਾਬ ਦਾ ਸੂਬੇ ਦਾ ਪ੍ਰਧਾਨ ਆ ਤਾਂ ਉਹਨਾਂ ਦਾ ਪਾਰਟੀ ਦਾ ਪੂਰਾ ਜੇ ਮੈਂ ਅੱਜ ਬੇਪੱਖੀ ਨਾਲ ਜਾਂ ਨਿਰਪੱਖ ਹੋ ਕੇ ਨਿਰ ਮੈਂ ਇਹ ਦੇ ਰਿਹਾ ਇੰਟਰਵਿਊ ਤਾਂ ਕਿਸੇ ਨਾ ਕਿਸੇ ਦਾ ਪਾਰਟੀ ਦਾ ਦੇਖ ਹੀ ਰਹੇ ਹੋਗੇ ਕਿ ਇਹ ਨੌਜਵਾਨਾਂ ਦੀ ਗੱਲ ਕਰਦਾ ਨੌਜਵਾਨਾਂ ਦੀ ਗੱਲ ਚਮਚੀਆਂ ਨਾਲ ਨਹੀਂ ਹੋ ਸਕਦੀ ਮੈਂ بڑے ਲੀਡਰਾਂ ਦੀ ਚਮਚੀ ਮਾਰੀ ਜਾਊਂਗਾ ਮੇਨ ਨਾਲ ਨੌਜਵਾਨ ਟੁੱਟ ਜਾਣਾ ਜੀ ਜੇ ਮੈਂ ਨੌਜਵਾਨਾਂ ਦੀ ਗੱਲ ਨੌਜਵਾਨਾਂ ਵਾਂਗੂ ਕਰੂੰਗਾ ਨਾ ਜੇ ਮੈਂ ਗਲਤ ਨੂੰ ਨਹੀਂ ਗਲਤ ਕਹੂੰਗਾ ਨਾ ਤਾਂ ਬਈ ਮੈਂ ਗਲਤ ਆ ਹੂੰ ਪੰਜਾਬ ਦੇ ਨੌਜਵਾਨਾਂ ਨੂੰ ਲੈ ਕੇ ਬਹੁਤ ਸੋਹਣੀਆਂ ਗੱਲਾਂ ਬਾਤਾਂ ਹੁੰਨਾਂ ਪੰਜਾਬ ਦੀ ਹਾਲਾਤ ਵੀ ਨੇ ਆਉਣ ਵਾਲੇ ਸਮੇਂ 'ਚ ਉਮੀਦ ਕਰਾਂਗੇ ਕਿ ਪੰਜਾਬ ਸੋਨਾ ਤੇ ਰੰਗਲਾ ਹੋਵੇ। ਹਾਂ ਜੇ ਲੀਡਰ ਆਉਣਗੇ। ਜੀ। ਹੁਣ ਤੁਸੀਂ ਵੀ ਇਹ ਦੁਆ ਕਰਿਓ ਕਿ ਸਾਡਾ ਲੀਡਰ ਆਉਣ ਨੌਜਵਾਨੀ ਵਾਲੇ। ਹੂੰ ਹੂੰ। ਡਰਨਾ ਨਹੀਂ ਚਾਹੀਦਾ ਇਹ 'ਚੋਂ ਕੋਈ ਲੜਾਈ ਝਗੜਾ ਨਹੀਂ ਹੁੰਦਾ ਹਰ ਮਾਪਿਓ ਕਹਿੰਦਾ ਯਾਰ ਇਹ ਤਾਂ ਗੰਦਾ ਚੀਜ਼ ਹੈ ਪੋਲਿਟਿਕਸ। ਹਾਂ ਕੋਈ ਗੰਦੀ ਚੀਜ਼ ਨਹੀਂ ਲੀਡਰ ਗੰਦੇ ਬਣਾਉਂਦੇ ਨੇ ਆਪਣੇ ਮੁੰਡਿਆਂ ਨੂੰ ਅੱਗੇ ਕਰਨ ਨੂੰ। ਹੂੰ ਹੂੰ। ਸਾਡਾ ਸ਼ੈਂਕੀ ਮੌਂਟੀ ਜਿਹੇ ਜਿਹਾ ਮਰਜ਼ੀ ਹੋਵੇ ਉਹ ਲੀਡਰ ਬਣ ਜਿਓ ਇਹ بڑا ਲੀਡਰ ਕਹੂਗਾ। ਹਾਂ ਹਾਂ। ਇਹ ਕੋਈ ਚੋਟੀ ਦਾ ਖਿਡਾਰੀ ਆ ਫਿਰ ਚੋਟੀ ਦਾ ਟੌਪ ਨੌਚ ਮੁੰਡਾ ਪੋਲਿਟਿਕਸ ਚ ਆ ਜਵੇ। ਬਾਈ ਤੁਸੀਂ ਸਮਾਂ ਦਿੱਤਾ ਤੇ ਬੜਾ ਧੰਨਵਾਦ। ਤੁਹਾਡਾ ਵੀ ਤੁਸੀਂ ਸਮਾਂ ਦਿੱਤਾ ਤੁਹਾਡਾ ਧੰਨਵਾਦ। ਬਹੁਤ ਵਧੀਆ। ਅੱਜ ਦੀ ਗੱਲਬਾਤ ਪੰਜਾਬ ਦੀ ਨੌਜਵਾਨ ਪੀੜ੍ਹੀ ਖਾਸ ਤੌਰ ਤੇ ਪੰਜਾਬ ਹੋਵੇ ਜਹੇ ਦੇਸ਼ ਹੋਵੇ ਉੱਥੋਂ ਦੀ ਪੋਲਿਟਿਕਸ ਤੇ ਪੰਜਾਬ ਦੇ ਹਾਲਾਤ ਕੀ ਨੇ? ਪੰਜਾਬ ਦੇ ਨੌਜਵਾਨ ਇਹਨਾਂ ਸਾਰੀਆਂ ਚੀਜ਼ਾਂ ਸਮਝਦੇ ਵੀ ਆ ਤੇ ਉਮੀਦ ਵੀ ਕਰਾਂਗੇ ਕਿ ਇਹ ਪੰਜਾਬ ਦੇ ਮੱਥੇ ਤੇ ਲੱਗਿਆ ਕਲੰਕ ਜਲਦੀ ਹੀ ਧੋਤਾ ਜਾਵੇ ਕਿਉਂਕਿ ਪੰਜਾਬ ਨੂ ਲੋਕੀ ਇਸ ਨਜ਼ਰੀਏ ਨਾਲ ਦੇਖਣ ਕਿ ਪੰਜਾਬ ਦੇ ਵਿੱਚ ਨਸ਼ਾ ਬਿਕਰਿਆ ਪੰਜਾਬ ਦੇ ਨੌਜਵਾਨ ਨਸ਼ੇੜੀ ਨੇ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਇਹਨਾਂ ਪੰਜਾਬ ਦੇ ਨੌਜਵਾਨਾਂ ਨੂੰ ਲੋਕੀ ਇਸੇ ਨਜ਼ਰ ਦੇ ਨਾਲ ਦੇਖਣ ਕਿ ਇਹ ਬਾਬਾ ਬੰਦਾ ਸਿੰਘ ਬਹਾਦਰ ਦੀ ਤਰਤੀਬ ਹੀ ਹੈ ਗੁਰੂ ਸਾਹਿਬਾਨਾਂ ਦੀ ਤਰਤੀਬ ਹੀ ਹੈ ਪਖ ਸਰਾਭਿਆਂ ਦੀ ਤਰਤੀ ਹੈ ਉਮੀਦ ਕਰਾਂਗੇ ਅੱਜ ਦੀ ਇਹ ਗੱਲਬਾਤ ਤੁਹਾਨੂੰ ਪਸੰਦ ਆਈ ਹੋਵੇਗੀ ਮਿਲਦੇ ਅੱਗੇ ਨਵੀਂ ਸਖਸ਼ੀਅਤਾਂ ਦਿਓ ਅੱਗੇ ਜੀ ਸਤਿ ਸ੍ਰੀ ਅਕਾਲ